ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ, ਪੋਸਟ ਆਫਿਸ ਚੌਕ, ਮਾਡਲ ਟਾਊਨ, ਲੁਧਿਆਣਾ। ਲਓ ਜੀ, ਅੱਜ ਫਿਰ ਲਾਈਵ ਹੋਏ ਹੋਏ ਜੀ, ਨਵੇਂ ਆਰਟੀਕਲ ਬਹੁਤ ਆ ਗਏ ਨੇ। ਜਿੱਦਾਂ ਕਿ ਇਹ ਲਹਿੰਗਾ ਚੋਲੀ ਲੱਗਿਆ ਨਾ ਡੰਮੀ ਤੇ, ਬਿਊਟੀਫੁਲ ਥਰੈਡ ਵਰਕ ਦਾ ਲਹਿੰਗਾ ਚੋਲੀ ਹੈ, ਡੀਪ ਮਸਟਰਡ ਕਲਰ ਦਾ, ਬੜਾ ਸੋਹਣੀ ਮਤਲਬ ਕਿ ਚੋਲੀ ਬਣੀ ਹੋਈ। ਜਾਰਜਟ ਦੇ ਉੱਪਰ ਵਰਕ ਹੈ ਸਾਰਾ, ਹੈਂਡ ਦਾ ਮਲਟੀ ਕਲਰ, ਪਰ ਇੰਗਲਿਸ਼ ਕਲਰ ਸਾਰੇ ਯੂਜ਼ ਕੀਤੇ ਹੋਏ ਨੇ। ਬੜਾ ਪਿਆਰਾ ਲਹਿੰਗਾ, ਫੁੱਲ ਫਲੇਅਰ ਦਾ ਲਹਿੰਗਾ ਜਾਰਜਟ ਦਾ, ਇਸ ਤਰ੍ਹਾਂ ਹੀ ਸਾਰਾ ਥਰੈਡ ਵਰਕ ਲਹਿੰਗੇ ਤੇ ਵੀ ਮਿਲੇਗਾ ਤੁਹਾਨੂੰ, ਠੀਕ ਹੈ ਨਾ ਜੀ। ਬੜੀ ਅੱਛੀ ਲੁੱਕ ਵਾਲਾ ਕੰਸੈਪਟ ਹੈ, ਦੁਪੱਟਾ ਸੋਹਣਾ ਬਣਿਆ, ਚੋਲੀ ਡਿਜ਼ਾਈਨਰ ਹੈਗੀ ਹੈ, ਠੀਕ ਹੈ ਨਾ। ਇੱਦਾਂ ਦੇ ਆਰਟੀਕਲ ਸ਼ੋਅ ਕਰਾਂਗੇ ਤੁਹਾਨੂੰ ਸਾਰੇ ਡਿਜ਼ਾਈਨਰ ਦੇ ਵਿੱਚ, ਅਤੇ ਸਿੰਗਲ ਸਿੰਗਲ ਸਭ ਆਰਟੀਕਲ ਹੋਣਗੇ, ਅਤੇ ਜਿਹੜਾ ਵੀ ਤੁਹਾਨੂੰ ਇਹਦੇ 'ਚ ਅੱਛਾ ਲੱਗੇਗਾ ਉਹਦਾ ਸਕਰੀਨਸ਼ੋਟ ਲੈ ਲੈਣਾ ਸਾਡੇ ਆਰਟੀਕਲ ਦਾ ਨਾ, ਕਿਉਂਕਿ ਸਾਰੇ ਸਿੰਗਲ ਨੇ, ਇੱਕ ਇੱਕ ਲਹਿੰਗਾ ਚੋਲੀ ਜਾਂ ਸ਼ਰਾਰਾ ਗਰਾਰਾ ਜਾਂ ਲੌਂਗ ਡਰੈਸਿਸ ਜਾਂ ਸਭ ਸਿੰਗਲ ਸਿੰਗਲ ਹੋਣਗੇ, ਅਤੇ ਸਕਰੀਨਸ਼ੋਟ ਲੈ ਕੇ ਆ ਸਾਡੇ ਨੰਬਰ ਨੋਟ ਕਰ ਲਓ ਜੀ, ਠੀਕ ਹੈ ਜੀ। ਆਹ ਸਾਰੇ ਵਟਸਐਪ ਨੰਬਰ ਨੇ, ਫੇਸਬੁੱਕ 'ਤੇ ਪਾਏ ਹੋਏ, ਅਤੇ ਜਿਹੜਾ ਵੀ ਅੱਛਾ ਲੱਗਿਆ ਉਹਦਾ ਸਕਰੀਨਸ਼ੋਟ ਲੈ ਕੇ ਆਹ ਨੰਬਰਾਂ 'ਤੇ ਸ਼ੇਅਰ ਕਰ ਲਓ, ਕਾਲ ਕਰ ਲਓ ਜਾਂ ਮੈਸੇਜ ਕਰ ਦਿਓ, ਤੁਹਾਡਾ ਆਰਟੀਕਲ ਬੁੱਕ ਹੋ ਜਾਏਗਾ ਜੀ। ਵਰਲਡ ਵਾਈਡ ਆਪਣੀ ਸ਼ਿਪਿੰਗ ਹੈ ਜੀ DHL ਤੋਂ, ਠੀਕ ਹੈ ਜੀ। ਅਤੇ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਦੀ ਆਈਟਮ ਨੰਬਰ 1 ਤੋਂ। ਬੜਾ ਪਿਆਰਾ ਗਰਲਿਸ਼ ਕੰਸੈਪਟ ਲਾਂਚ ਹੋਇਆ, ਲਾਈਟ ਵੇਟ ਸਮਰਿਸ਼ ਆਈਟਮ ਹੈਗੀ ਹੈ, ਪਿਓਰ ਔਰਗੈਂਜ਼ਾ 'ਤੇ, ਜਿਹੜਾ ਕਿ ਆਉਂਦਾ ਕਿ ਬਲਾਊਜ਼ ਟੰਮੀ ਕਵਰ, ਅਤੇ ਨਾਲ ਆ ਗਿਆ ਜਾਫਾ ਫੁੱਲ ਫਲੇਅਰ ਦਾ ਬਨਾਰਸੀ ਵੀਵਿੰਗ ਦਾ ਨਾ, ਜ਼ਰੀ ਸਿਲਵਰ ਗੋਲਡ ਮਿਕਸ ਹੋਏਗੀ, ਅਤੇ ਬਲਾਊਜ਼ ਬੜਾ ਸਾਰਾ ਸਿਲਕ ਦਾ ਹੈਂਡਵਰਕ ਦੇ ਵਿੱਚ, ਗਰਲਿਸ਼ ਆਈਟਮ ਹੈ ਜੀ। ਕੈਪ ਸਲੀਵਸ ਲੱਗੇ ਹੋਏ ਨੇ, ਸ਼ੋਲਡਰ ਤੋਂ ਲੈ ਕੇ ਬੀਟਸ ਆਣਗੇ, ਸਾਰਾ ਹੈਂਡਵਰਕ ਹੈ। ਕਲਰ ਹੈਗਾ ਆਈਸ ਬਲਿਊ, ਚੋਲੀ ਬੜੀ ਸੋਹਣੀ ਬਣੀ ਹੈ, ਵੀ ਨੈੱਕ ਸਵੀਟ ਹਾਰਟ ਨੈੱਕ ਵਾਲੀ ਪੋਟਲੀ ਬਟਨ, ਪੂਰੀ ਫਰੰਟ ਬੈਕ ਦੋਨੋਂ ਬਣਨਗੀਆਂ, ਨੀਚੇ ਵੀ ਇੱਦਾਂ ਹੀ ਹੈਂਗਿੰਗ ਆਣਗੇ। ਇੰਗਲਿਸ਼ ਕਲਰ ਹੈ, ਬੜਾ ਪਿਆਰਾ ਆਈਸ ਬਲਿਊ ਸਿਲਕ ਦੀ ਚੋਲੀ ਆਏਗੀ, ਚੋਕਰ ਦੁਪੱਟਾ ਆਏਗਾ ਪਿਓਰ ਦਾ, ਠੀਕ ਹੈ ਜੀ। ਪਿਓਰ ਦਾ ਦੁਪੱਟਾ, ਚੋਕਰ ਸਟਾਈਲ ਗਰਲਿਸ਼ ਦੁਪੱਟਾ ਹੈ, ਔਰ ਜਾਫਾ ਜਿਹੜਾ ਆਏਗਾ ਔਰਗੈਂਜ਼ਾ ਦਾ ਹੈ ਜੀ। ਇਹਦੇ ਵਿੱਚ ਕੀ ਹੈ, ਤੁਹਾਨੂੰ ਵੀਵਿੰਗ ਮਿਲੇਗੀ ਸਿਲਵਰ ਗੋਲਡ, ਜ਼ਰੀ ਦੀ ਨਾ ਬਦਲੇ ਦੀ ਵੀਵਿੰਗ ਹੋਏਗੀ, ਪਰ ਫੁੱਲ ਫਲੇਅਰ ਵਾਲਾ ਜਾਫਾ ਹੈ। ਬੈਕ ਫਰੰਟ ਦੋਨੋਂ ਬਣੀ ਹੈ, ਆ ਗਿਆ ਇਹਦਾ ਦੁਪੱਟਾ, ਇਹਦੇ ਉੱਪਰ ਵੀ ਤੁਹਾਨੂੰ ਬਾਰਡਰ ਮਿਲੇਗਾ ਸਾਰਾ ਥਰੈਡ ਦਾ, ਅਤੇ ਹਲਕਾ ਹਲਕਾ ਹਾਈਲਾਈਟ ਵੀ ਕੀਤਾ ਸੀਕੁਐਂਸ ਦਾ, ਜਿਹੜਾ ਕਿ ਦੁਪੱਟਾ ਆਉਂਦਾ ਨਾ ਜਾਰਜਟ ਦਾ, ਬੜਾ ਸਮਾਰਟ ਔਰ ਗਰਲਿਸ਼ ਕੰਸੈਪਟ ਹੈਗਾ, ਅਤੇ ਲੁੱਕ ਬੜੀ ਫਾਈਨ ਹੈਗੀ ਹੈ ਇਹਦੀ ਜੀ। ਆਹ ਦੇਖੋ ਲੁੱਕ ਸ਼ਾਨਦਾਰ ਹੈ, ਜਦੋਂ ਵੇਅਰ ਕੀਤਾ ਹੋਏਗਾ ਨਾ ਹੋਰ ਬੜਾ ਪਿਆਰਾ ਲੱਗਣਾ, ਕਿਉਂਕਿ ਇੰਗਲਿਸ਼ ਕਲਰ ਹੈ ਔਰ ਗਰਲਿਸ਼ ਆਈਟਮ ਹੈ ਜੀ, ਬਿਲਕੁਲ ਲਾਈਟ ਵੇਟ, ਪ੍ਰੋਪਰ ਪਾਰਟੀ ਵੇਅਰ। ਬਲਾਊਜ਼ ਦੇ ਨਾਲ ਸ਼ਰਾਰਾ ਜਾਫਾ ਵਿਦ ਚੋਕਰ ਦੁਪੱਟਾ, ਕਲਰ ਆਈਸ ਬਲਿਊ, ਫੈਬਰਿਕ ਆਏਗਾ ਸਿਲਕ ਐਂਡ ਔਰਗੈਂਜ਼ਾ। ਆਈਟਮ ਨੰਬਰ ਹੈਗੀ ਹੈ 1, ਅਤੇ ਰੇਟ ਆਏਗਾ ਜੀ ਇਹਦਾ 13,420 ਹੋਣੀ ਜੀ। ਲਓ ਜੀ, ਨੈਕਸਟ ਆਰਟੀਕਲ ਵੀ ਗਰਲਿਸ਼ ਹੀ ਲਗਾਇਆ ਜੀ, ਹੌਟ ਪਿੰਕ ਮਜੈਂਟਾ ਕਲਰ ਦਾ, ਕੇਪ ਵਾਲਾ ਕੰਸੈਪਟ। ਕੇਪ ਮਤਲਬ ਕਿ ਉੱਪਰ ਜੈਕਟ ਵੀ ਹੈ, 3 ਪੀਸ ਹੈਗਾ, ਨੀਚੇ ਬਲਾਊਜ਼ ਆਏਗਾ, ਨੀਚੇ ਆਏਗਾ ਸ਼ਰਾਰਾ ਜਾਫਾ। ਪਹਿਲੇ ਤੁਹਾਨੂੰ ਸਲੀਵਸ ਦਿਖਾਉਣਾ, ਜਿਹੜੇ ਕੇਪ ਦੇ ਉੱਪਰ ਜੈਕਟ ਹੈ ਨਾ ਜੀ, ਆਹ ਲਓ ਫੁੱਲ ਬਾਜ਼ੂ ਆਣਗੇ, ਬੈਲ ਹੌਟ ਪਿੰਕ ਜਾਰਜਟ ਦੇ ਉੱਪਰ, ਸਾਰਾ ਹੈਂਡਵਰਕ ਮਿਲੇਗਾ ਜੀ ਸੀਕੁਐਂਸ, ਐਂਡ ਆਏਗਾ ਜੀ ਇਹਦੇ ਵਿੱਚ ਜ਼ਰਕਨ ਅਤੇ ਮਿਰਰ, ਬਰੀਕ ਮਿਰਰ, ਅਤੇ ਆਏਗਾ ਥਰੈਡ। ਫੁੱਲ ਬਾਜ਼ੂ ਆ ਗਏ ਜੀ, ਬੈਲ ਰਾਊਂਡ ਬੋਟ ਨੈੱਕ ਵਾਲੀ ਇਹਦੀ ਕੇਪ ਹੈਗੀ ਹੈ ਜਾਰਜਟ ਦੀ, ਇਹਦੇ ਉੱਪਰ ਵੀ ਨੈੱਕ 'ਤੇ ਵਰਕ ਮਿਲੇਗਾ, ਬਾਰਡਰ ਬਣਿਆ, ਫਰੰਟ ਓਪਨ ਹੈ, ਬਲਾਊਜ਼ ਬਹੁਤ ਸੋਹਣਾ ਬਣਿਆ ਜਾਰਜਟ ਦਾ ਹੀ, ਇਹਦੇ ਉੱਪਰ ਵੀ ਤੁਹਾਨੂੰ ਸੀਕੁਐਂਸ ਦਾ ਔਰ ਸਾਰਾ ਮਿਰਰ ਦਾ ਜਾਲ ਮਿਲੇਗਾ। ਗਰਲਿਸ਼ ਲੁੱਕ ਦਾ ਬਲਾਊਜ਼ ਹੈ, ਟੰਮੀ ਕਵਰ ਬਲਾਊਜ਼ ਆਏਗਾ, ਉੱਪਰ ਕੇਪ ਬੜੀ ਸੋਹਣੀ ਬਣੀ ਹੈ, ਥਰੈਡ ਪਲੱਸ ਸੀਕੁਐਂਸ ਐਂਡ ਸਟੋਨ ਐਂਡ ਜਰਕਨ ਅਤੇ ਐਂਡ ਮਿਰਰ, ਅਤੇ ਨਾਲ ਜਿਹੜਾ ਸ਼ਰਾਰਾ ਜਾਫਾ ਕਲੀਆਂ ਵਾਲਾ ਉਹ ਫੁੱਲ ਫਲੇਅਰ ਦਾ ਹੋਏਗਾ, ਪਲੇਨ ਸਿਰਫ ਬੈਲਟ 'ਤੇ ਵਰਕ ਹੋਏਗਾ, ਬਾਕੀ ਪਲੇਨ ਹੋਏਗਾ, ਕਿਉਂਕਿ ਇਹ ਵੀ ਵਿਦਆਊਟ ਦੁਪੱਟੇ ਵਾਲਾ ਹੀ ਕੰਸੈਪਟ ਹੈ ਜੀ। ਇੰਡੋ ਵੈਸਟਰਨ ਸਟਾਈਲ ਆਏਗਾ, ਹੌਟ ਪਿੰਕ ਮਜੈਂਟਾ ਜਾਰਜਟ ਦੀ ਡਰੈਸ ਹੈ, ਬੜੀ ਸੋਹਣੀ, ਬੈਕ ਫਰੰਟ ਦੋਨੋਂ ਬਣੀ ਹੈ, ਪਰ ਬਿਲਕੁਲ ਲਾਈਟ ਵੇਟ ਹੈ ਜੀ, ਲਾਈਟ ਵੇਟ, ਡਿਜ਼ਾਈਨਰ ਐਂਡ ਗਰਲਿਸ਼। ਕਲਰ ਆਲਸੋ ਵੈਰੀ ਪ੍ਰੀਟੀ ਹੈਗਾ ਮਜੈਂਟਾ, ਹੌਟ ਪਿੰਕ ਮਜੈਂਟਾ, ਔਰ ਫੈਬਰਿਕ ਬੜਾ ਫਾਈਨ ਹੈਗਾ, ਫੈਬਰਿਕ ਵੀ ਜੀ। ਇਹ 3 ਪੀਸ ਆਰਟੀਕਲ ਆਏਗਾ ਇੰਡੋ ਵੈਸਟਰਨ ਸਟਾਈਲ ਦਾ, ਪ੍ਰੋਪਰ ਗਰਲਿਸ਼ ਡਰੈਸ ਹੈਗੀ ਹੈ ਜੀ, ਲਾਈਟ ਵੇਟ ਐਂਡ ਡਿਜ਼ਾਈਨਰ।
ਫੈਬਰਿਕ ਹੈਗਾ ਜੋਰਜਟ, ਆਈਟਮ ਨੰਬਰ ਆਏਗੀ 2 ਤੇ ਰੇਟ ਹੈਗਾ ਸਿਰਫ 12,460 ਰੈਡੀ ਟੂ ਵੇਅਰ ਜੀ। ਲੋ ਜੀ ਟ੍ਰੈਡੀਸ਼ਨਲ ਪਲੱਸ ਡਿਜ਼ਾਈਨਰ ਇੰਗਲਿਸ਼ ਕਲਰ ਪਲੱਸ ਜਾਗੋ ਲਈ ਸ਼ਰਾਰੇ ਗਰਾਰੇ ਸ਼ੋਰਟ ਸ਼ਰਟ ਦੇ ਨਾਲ ਫੈਬਰਿਕ ਆਏਗਾ ਪਿਓਰ ਚਨੋਨ, ਕਲਰ ਆਏਗਾ ਆਪਣਾ ਚਾਰਕੁਲ ਗਰੇ, ਚਾਰਕੁਲ ਗਰੇ ਦੇ ਉੱਪਰ ਫੁੱਲ ਬਾਜੂ ਦੇ ਉੱਪਰ ਵਰਕ ਹੈ ਜੀ, ਸਾਰਾ ਸੀਕੁਐਂਸ ਦਾ ਜਾਲ ਮਿਲੇਗਾ, ਜ਼ਰੀ ਪਿੱਟੇ ਸੀਕੁਐਂਸ ਦੇ ਵਿੱਚ ਬਣਿਆ, ਬਾਰਡਰ ਬਣਿਆ, ਕਰੋਸ ਜਾਲ ਵੀ ਆਏਗਾ ਸਾਰਾ ਫੁੱਲ ਬਾਜੂ ਤੇ, ਨੈਕ ਬੜਾ ਸੋਹਣਾ ਬਣਿਆ ਸਵੀਟ ਹਾਰਟ ਵਿਦ ਦਬਕਾ ਐਂਡ ਸੀਕੁਐਂਸ ਸਟੋਨ ਦਾ ਕੰਮ ਕੀਤਾ ਨੈਕ ਤੇ, ਪੂਰਾ ਪੈਨਲ ਮਿਲੇਗਾ ਤੁਹਾਨੂੰ, ਬੇਸ ਨਜ਼ਰ ਨਹੀਂ ਆਏਗਾ, ਇੰਨਾ ਸੋਹਣਾ ਨੀਟ ਐਂਡ ਕਲੀਨ ਵਰਕ ਹੈਗਾ ਜੀ, ਸਾਈਡਾਂ ਤੇ ਵੀ ਜਾਲ ਮਿਲੇਗਾ, ਬਾਰਡਰ ਬਹੁਤ ਸੋਹਣਾ ਬਣਿਆ, ਸ਼ਰਾਰਾ ਗਰਾਰਾ ਜਿਹੜਾ ਆਏਗਾ ਉਹ ਫੁੱਲ ਕਲੀਆਂ ਦੇ ਵਿੱਚ ਹੈ ਜੀ, ਉੱਪਰੋਂ ਕਲੀਆਂ ਸਟਾਰਟ ਹੋ ਜਾਣਗੀਆਂ, ਫੁੱਲ ਫਲੇਅਰ ਦਾ ਵਿਦਆਊਟ ਕੈਨ ਕੈਨ ਹਲਕੀ ਹਲਕੀ ਬੂਟੀ ਆਏਗੀ, ਚਨੋਨ ਦਾ ਹੀ ਸ਼ਰਾਰਾ ਵਾ ਤੇ ਨੀਚੇ ਫਲੇਅਰ ਤੇ ਵੀ ਤੁਹਾਨੂੰ ਸੇਮ ਇਸ ਤਰ੍ਹਾਂ ਹੀ ਵਰਕ ਮਿਲੇਗਾ ਜੀ। ਆਹ ਦੇਖੋ ਪੂਰਾ ਜਾਲ ਸੇਮ ਸਿੰਗਲ ਕਲਰ ਮੈਚਿੰਗ ਦੇ ਵਿੱਚ ਬਣਿਆ ਕਨਸੈਪਟ ਹੈ ਤੇ ਸੈਲਫ ਮੈਚਿੰਗ ਦੇ ਵਿੱਚ ਹੈ, ਬੈਕ ਫਰੰਟ ਦੋਨੋਂ ਬਣੀ ਹੈ ਜੀ, ਬੈਕ ਥੋੜੀ ਡੀਪ ਆਏਗੀ, ਡੋਰੀ ਲਟਕਣ, ਬੈਕ ਦਾ ਜਾਲ ਆ ਗਿਆ, ਬੈਕ ਬਾਰਡਰ ਆ ਗਿਆ, ਮਤਲਬ ਕਿ ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈਗਾ, ਟ੍ਰੈਡੀਸ਼ਨਲ ਤੇ ਡਿਜ਼ਾਈਨਰ ਜਾਗੋ ਸਪੈਸ਼ਲ, ਜਿੱਥੇ ਮਰਜ਼ੀ ਪਾ ਲਓ ਸ਼ਰਾਰਾ ਗਰਾਰਾ, ਇਹ ਵੇਅਰ ਆਉਣ ਵਾਲੇ ਕਨਸੈਪਟ ਨੇ, ਪਿਓਰ ਚਨੋਨ ਫੈਬਰਿਕ ਦੇ ਨਾਲ ਦੁਪੱਟਾ ਆਏਗਾ 4 ਸਾਈਡ ਬਾਰਡਰ ਤੇ ਵਿਦ ਕਰੋਸ ਜਾਲ, ਚਨੋਨ ਦਾ ਹੀ ਦੁਪੱਟਾ ਜੀ, ਬਿਲਕੁਲ ਲਾਈਟ ਵੇਟ ਹੈ ਜੀ, ਲੁੱਕ ਹੈਵੀ ਹੈ ਪਰ ਵੇਟ ਨਹੀਂ ਆਏਗਾ ਇਹਦਾ, ਬਿਲਕੁਲ ਲਾਈਟ ਵੇਟ ਹੈ, ਸੋਬਰ ਜੈਂਟਲੀ ਕਨਸੈਪਟ ਹੈ, ਐਲੀਗੈਂਟ ਲੁੱਕ ਹੈਗੀ ਹੈ, ਸ਼ਾਰਟ ਸ਼ਰਟ ਦੇ ਨਾਲ ਸ਼ਰਾਰਾ, ਆਈਟਮ ਨੰਬਰ 3 ਹੈ ਜੀ ਅੱਜ ਦੀ ਹੈ ਤੇ ਰੇਟ ਆਏਗਾ 12,990। ਲਓ ਜੀ ਸੈਲੀਬ੍ਰਿਟੀ ਸਟਾਈਲ ਥਰੈਡ ਵਰਕ ਦਾ ਕਨਸੈਪਟ, ਇਹ ਵੀ ਕਲੀਆਂ ਵਾਲਾ ਸ਼ਰਾਰਾ, ਫੁੱਲ ਫਲੇਅਰ ਬਲਾਊਜ਼ ਆਏਗਾ, ਟੰਮੀ ਕਵਰ ਜੋਰਜਟ ਦੇ ਉੱਪਰ, ਡਾਰਕ ਨੇਵੀ ਠੀਕ ਹੈ ਜੀ, ਵਰਕ ਮਿਲੇਗਾ ਥਰੈਡ ਦਾ ਸਾਰਾ, ਐਂਕਰ ਐਮਬਰੋਡਰੀ ਹੈਗੀ ਥਰੈਂਟ ਦੀ, ਥਰੈਡ ਕਲਰ ਦੀ ਤੇ ਕੰਟਰਾਸਟ ਦੇਖੋ ਯੂਜ਼ ਕੀਤੇ ਨੇ ਸਾਰੇ, ਮਲਟੀ ਕਲਰ ਵਰਕ ਹੈਗਾ ਜੋਰਜਟ ਦੇ ਉੱਪਰ, ਬਾਜੂ ਲੱਗੇ ਹੋਏ ਨੇ, ਪੋਟਲੀ ਬਟਨ ਵੀ ਆਣਗੇ, ਫੁੱਲ ਬਾਜੂ ਤੇ ਬਾਰਡਰ ਵਿਦ ਜਾਲ ਆਏਗਾ ਜੀ ਸਾਰਾ ਥਰੈਡ ਦਾ ਤੇ ਹੈਂਡ ਵਰਕ ਦੀ ਆਊਟਲਾਈਨਿੰਗ ਹੈ, ਵੀ ਨੈਕ ਆ ਗਿਆ ਇਹਦਾ, ਬਲਾਊਜ਼ ਦਾ ਪੂਰੀ ਟੰਮੀ ਕਵਰ ਇਹਦਾ ਬਲਾਊਜ਼ ਮਿਲੇਗਾ, ਕੱਟਦਾਨਾ ਪਲੱਸ ਦਬਕਾ ਐਂਡ ਸੀਕੁਐਂਸ ਦਾ ਕੰਮ ਹੈ, ਰਾਊਂਡ ਸ਼ੇਪ ਦੇ ਵਿੱਚ ਇਹਦਾ ਨਾ ਯੂ ਕੱਟ ਦੇ ਵਿੱਚ ਬਲਾਊਜ਼ ਬਣਿਆ, ਨੀਚੇ ਵੀ ਪੋਟਲੀ ਬਟਨ ਆਣਗੇ, ਫੁੱਲ ਟੰਮੀ ਕਵਰ ਹੈ ਤੇ ਸ਼ਰਾਰੇ ਦੀ ਬੈਲਟ ਬਹੁਤ ਸੋਹਣੀ ਬਣੀ ਹੈ, ਥਰੈਡ ਵਰਕ ਦੀ ਫੁੱਲ ਕਲੀਆਂ ਆ ਗਈ, ਮਿਡਲ ਪਲੇਨ ਹੈ ਔਰ ਪੂਰੇ ਫਲੇਅਰ ਦੇ ਉੱਪਰ ਨਾ ਸਾਰਾ ਜਾਲ ਦਾ ਨਾ ਥਰੈਡ ਦਾ ਜਾਲ ਬਣਿਆ ਜੀ, ਹਲਕਾ ਹਲਕਾ ਹਾਈਲਾਈਟ ਵੀ ਕੀਤਾ ਸੀਕੁਐਂਸ ਦੇ ਨਾਲ ਔਰ ਫੁੱਲ ਫਲੇਅਰ ਤੇ ਇਹਦੇ ਸ਼ਰਾਰੇ ਤੇ ਬਾਰਡਰ ਬਹੁਤ ਸੋਹਣਾ ਬਣਿਆ, ਸਾਰਾ ਥਰੈਡ ਦੇ ਵਿੱਚ ਹੈ, ਮੈਟ ਫਿਨਿਸ਼ ਲੁੱਕ ਦਾ ਇਹ ਕਨਸੈਪਟ ਹੈਗਾ, ਕੈਟ ਲੁੱਕ ਦਾ ਡਿਜ਼ਾਈਨ ਹੈ, ਡਿਜ਼ਾਈਨਰ ਦਾ ਪੀਸ ਹੈ, ਬੈਕ ਫਰੰਟ ਦੋਨੋਂ ਬਣੀ ਹੈ, ਬੈਕ ਬਲਾਊਜ਼ ਆ ਗਈ ਜੀ ਠੀਕ ਹੈ ਜੀ, ਬਾਜ਼ੂ ਲੱਗੇ ਹੋਏ ਨੇ, ਸਾਈਜ਼ ਬੜੇ ਕੰਫਰਟੇਬਲ ਨੇ, ਇੰਗਲਿਸ਼ ਕਲਰ ਨੇ, ਕੰਮ ਥਰੈਡ ਦੇ ਨੇ, ਰੋਇਲ ਲੁੱਕ ਹੈਗਾ ਠੀਕ ਹੈ ਜੀ, ਬਲਾਊਜ਼ ਦੇ ਨਾਲ ਆਏਗਾ ਸ਼ਰਾਰਾ ਤੇ ਨਾਲ ਜੋਰਜਟ ਦਾ ਦੁਪੱਟਾ ਦੇਵਾਂਗੇ, ਵੈਰਾ ਸਮਾਰਟ ਬਹੁਤ ਸਮਾਰਟ ਦੁਪੱਟਾ ਜੀ, ਚਾਰੇ ਪਾਸੇ ਬਾਰਡਰ ਬਣਿਆ ਥਰੈਡ ਦਾ, ਪੱਲੇ ਪੱਲੇ ਬਰੋਡ ਬਾਰਡਰ ਆਣਗੇ, ਟਸਲਸ ਆਣਗੇ ਵਿਦ ਬੂਟੀ ਆਏਗੀ ਜੀ, ਸੇਮ ਨੇਵੀ ਬਲੂ ਕਲਰ ਦਾ ਹੀ ਦੁਪੱਟਾ ਹੈ ਜੀ ਜੋਰਜਟ ਦਾ, ਅਲਟੀਮੇਟ ਲੁੱਕ ਹੈਗੀ ਜੀ, ਬਲਾਊਜ਼ ਦੇ ਨਾਲ ਸ਼ਰਾਰਾ ਵਿਦ ਜੋਰਜਟ ਦੁਪੱਟਾ, ਕੰਮ ਸਾਰਾ ਥਰੈਡ ਦਾ, ਪ੍ਰੋਪਰ ਇੰਗਲਿਸ਼ ਕਲਰ ਜੀ, ਆਈਟਮ ਨੰਬਰ 4 ਤੇ ਰੇਟ ਆਏਗਾ ਜੀ ਇਹਦਾ 18,800 ਓਨਲੀ। ਕੁਆਲਿਟੀ ਵਾਈਜ਼ ਬੜੇ ਅੱਛੇ ਨੇ, ਥਰੈਡ ਵਾਈਜ਼ ਠੀਕ ਹੈ ਜੀ, ਥਰੈਡ ਵਰਕ ਮਿਲੇਗਾ ਸਾਰਾ। ਲਓ ਜੀ ਗਰਲਿਸ਼ ਲੁੱਕ ਦੀ ਪੈਪਲਮ ਆ ਗਈ ਪਿਓਰ ਚਨੋਨ ਦੀ, ਆਈਸ ਬਲੂ ਕਲਰ ਦੀ, ਕੰਮ ਸਾਰਾ ਪਲ ਔਰ ਬੀਟਸ ਦਾ ਮਿਲੇਗਾ ਜੀ, ਬਿਊਟੀਫੁਲ ਵਰਕ ਹੈ, ਕੱਟ ਵਰਕ ਵਾਲੇ ਸਲੀਵਸ ਬਣੇ ਹੋਏ ਨੇ, ਪਰ ਜਲ ਦੇਖੋ ਪਰਲ ਵੀ ਹੈ, ਕੱਟਦਾਨਾ ਵੀ ਹੈ, ਸਿੰਗਲ ਮੈਚਿੰਗ ਆਏਗਾ ਜੀ, ਫੁੱਲ ਬਾਜ਼ੂ ਵੀ ਨੈਕ ਆ ਗਿਆ, ਹਾਈ ਨੈਕ ਵਾਲਾ ਕਨਸੈਪਟ ਹੈ, ਯੋਕ ਤੇ ਪੂਰਾ ਜਾਲ ਮਿਲੇਗਾ ਪੈਪਲਮ ਦੇ ਤੇ ਇਹਦੇ ਕਲੀਆਂ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਹੀ ਵਰਕ ਮਿਲੇਗਾ ਸਾਰਾ, ਪਰਲ ਐਂਡ ਕੱਟਦਾਨੇ ਦਾ, ਫੁੱਲ ਹੈਵੀ ਪੈਪਲਮ ਹੈਗੀ ਜੀ, ਫਰੰਟ ਐਂਡ ਬੈਕ ਤੇ ਪਿਓਰ ਚਨੋਨ ਦੇ ਉੱਪਰ, ਨਾਲ ਗਰਾਰਾ ਪੈਂਟ ਮਿਲੇਗੀ, ਇਹਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ, ਬਾਰਡਰ ਬਣਿਆ ਥਾਈਜ਼ ਦੇ ਉੱਪਰ, ਨੀਚੋਂ ਫਲੇਅਰ ਪਲੇਨ ਆਏਗਾ,
ਕਿਉਂਕਿ ਗਰਲਿਸ਼ ਆਈਟਮ ਹੈ, ਲਾਈਟ ਵੇਟ ਵੀ ਹੈ, ਡਿਜ਼ਾਈਨਰ ਵੀ ਹੈ ਅਤੇ ਬੈਕ ਫਰੰਟ ਦੋਨੋਂ ਵਾਲਾ ਕੰਸੈਪਟ ਹੈ। ਪੂਰੀ ਬੈਕ 'ਤੇ ਵੀ ਸੇਮ ਇਸ ਤਰ੍ਹਾਂ ਬੋਟ ਨੈਕ ਬਣਿਆ ਜੀ, ਔਰ ਪੂਰੀ ਬੈਕ ਵਰਕ ਆਏਗੀ ਹੈਂਡ ਵਰਕ ਦੇ ਵਿੱਚ, ਸਿੰਗਲ ਮੈਚਿੰਗ ਹੈ, ਬੜਾ ਪਿਆਰਾ ਐਲੀਗੈਂਟ ਲੁੱਕ ਦਾ ਵਰਕ ਹੈਗਾ, ਨਾਲ ਗਰਾਰਾ ਪੈਂਟ ਵੀ ਦਿਆਂਗੇ ਪੈਪਲਮ ਦੇ ਵਿੱਚ ਅਤੇ ਨਾਲ ਦੁਪੱਟਾ ਵੀ ਦਿਆਂਗੇ ਇਹਦੇ ਨਾਲ। ਇਹ ਦੁਪੱਟੇ ਵਾਲੀ ਆਈਟਮ ਹੈ ਜੀ, ਟ੍ਰੈਡੀਸ਼ਨਲ ਐਂਡ ਡਿਜ਼ਾਈਨਰ, ਅਤੇ ਦੁਪੱਟਾ ਮਿਲੇਗਾ ਚਨੌਨ ਦਾ, ਸਲੀਕ ਜਿਹਾ ਬਾਰਡਰ ਬਣਿਆ ਦੁਪੱਟੇ 'ਚ ਅਤੇ ਵਿਦ ਬੂਟੀ ਆਏਗੀ ਜੀ, ਸੇਮ ਕਲਰ ਦਾ ਦੁਪੱਟਾ ਚਨੌਨ ਦਾ। ਆਹ ਲੋਕ ਕਹਾਣੀ ਹੈ ਜੀ, ਪੈਪਲਮ ਦੇ ਨਾਲ ਗਰਾਰਾ ਪੈਂਟਸ ਵਿਦ ਚਨੌਨ ਦੁਪੱਟਾ, ਕਲਰ ਆਈਸ ਬਲੂ, ਫੈਬਰਿਕ ਆਏਗਾ ਚਨੌਨ। ਆਈਟਮ ਨੰਬਰ ਹੈਗੀ ਜਿਹੜੀ ਅੱਜ ਦੀ 5 ਨੰਬਰ ਆਈਟਮ ਹੈ, ਅਤੇ ਰੇਟ ਓਨਲੀ ਮਿਲੇਗਾ ਜੀ 17,200, ਰੈਡੀ ਟੂ ਵੇਅਰ। ਲਓ ਜੀ, ਇੰਡੋ ਵੈਸਟਰਨ ਸ਼ੋਰਟ ਅਨਾਰਕਲੀ ਪਿਕਕ ਬਲੂ ਕਲਰ ਦੀ ਥਰੈਡ ਵਰਕ ਦੇ ਵਿੱਚ, ਸੈਂਟਰ ਕੱਟ ਨਾਲ ਸ਼ਰਾਰਾ, ਫੁੱਲ ਬਾਜ਼ੂ ਨੇ ਪਿਓਰ ਚਨੌਨ ਦੇ। ਆਹ ਦੇਖੋ ਜੀ, ਸਾਰਾ ਕੰਮ ਦੇਖਣਾ, ਐਂਟੀਕ ਥਰੈਡ ਦਾ ਕੰਮ ਹੈ, ਵਿਦ ਸੀਕੁਐਂਸ ਦੀ ਟਚਿੰਗ ਆਏਗੀ ਹਲਕੀ ਹਲਕੀ ਨਾਲ, ਸਟੋਨ ਦੀ ਵੀ ਆਏਗੀ, ਫੁੱਲ ਬਾਜ਼ੂ ਦੇ ਉੱਪਰ ਸਾਰਾ ਥਰੈਡ ਦਾ ਜਾਲ ਹੈ, ਨੈਕ ਬੜਾ ਸੋਹਣਾ ਬਣਿਆ, ਹੈਂਡ ਵਰਕ ਦਾ ਦਬਕੇ ਐਨ ਕੱਟ ਦਾਣੇ ਦਾ ਵੀ ਨੈਕ ਆਏਗਾ, ਸੈਂਟਰ ਓਪਨ ਹੈ, ਹੁੱਕ ਲੱਗੇ ਨੇ ਓਪਨ ਕਰ ਸਕਦੇ ਹੈ, ਸੈਂਟਰ ਕੱਟ ਆ ਗਿਆ, ਸ਼ੋਰਟ ਨਾਰਕਲੀ ਹੈਗੀ ਮੀਡੀਅਮ ਲੈਂਥ ਦੀ। ਆਹ ਦੇਖੋ ਨਾ, ਪਰ ਪੂਰਾ ਜਾਲ ਹੈ ਥਰੈਡ ਦਾ, ਬਾਰਡਰ ਵਿਦ ਸਾਰੀ ਕਲੀਆਂ ਦੇ ਵਿੱਚ ਦਾਲ ਮਿਲੇਗਾ ਜੀ, ਵਿਦਾਊਟ ਯੋਕ ਵਾਲੀ ਹੈ, ਅਨਾਰਕਲੀ ਹੈਗੀ, ਸੈਂਟਰ ਕੱਟ ਅਤੇ ਨਾਲ ਆਏਗਾ ਸ਼ਰਾਰਾ ਚਨੌਨ ਦਾ, ਸੇਮ ਕਲੀਆਂ, ਫੁੱਲ ਕਲੀਆਂ ਦੇ ਵਿੱਚ ਇਹਦੇ ਵਰਕ ਮਿਲੇਗਾ, ਬੂਟੀ ਆਏਗੀ, ਨੀਚੇ ਬਾਰਡਰ ਵੀ ਬੜਾ ਸੋਹਣਾ ਬਣਿਆ ਥਰੈਡ ਵਰਕ ਦਾ, ਮਤਲਬ ਕਿ ਸਟਲ ਹੈ, ਕੋਈ ਓਵਰ ਸ਼ਾਈਨੀ ਨਹੀਂ ਹੈ, ਮੈਟ ਫਿਨਿਸ਼ ਲੁੱਕ ਦਾ ਇਹ ਕੰਸੈਪਟ ਹੈ, ਔਰ ਬੈਕ ਫਰੰਟ ਦੋਨੋਂ ਹੀ ਹੈ। ਬੈਕ ਇਸ ਤਰ੍ਹਾਂ ਹੈ ਕਿ ਮਟਕਾ ਨੈਕ ਦੇ ਵਿੱਚ, ਕੀ ਹੋਲ ਦੇ ਬੈਕ 'ਤੇ, ਪੂਰੀ ਬੈਕ 'ਤੇ ਵੀ ਸੇਮ ਵਰਕ ਹੈ ਥਰੈਡ ਦਾ, ਲੁੱਕ ਹੈਵੀ ਹੈ ਪਰ ਫਿਨਿਸ਼ਿੰਗ ਬਹੁਤ ਸੋਹਣੀ ਹੈਗੀ ਹੈ ਥਰੈਡ ਵਰਕ ਦੀ, ਨਾ ਸੈਂਟਰ ਕੱਟ ਦੇ ਨਾਲ ਆ ਗਿਆ ਸ਼ਰਾਰਾ। ਆਹ ਲੋਕ ਕਹਾਣੀ ਹੈ ਇੰਡੋ ਵੈਸਟਰਨ ਦੀ, ਪਿਓਰ ਚਨੌਨ ਫੈਬਰਿਕ ਹੈ, ਪੀਕੋਕ ਬਲੂ ਕਲਰ ਆਏਗਾ, ਨਾਲ ਦੁਪੱਟਾ ਚਨੌਨ ਦਾ ਦਿਆਂਗੇ, 4 ਸਾਈਡ ਬਾਰਡਰ ਦੁਪੱਟਾ ਹੈ ਜੀ। ਆਹ ਲਓ, ਨੇੜੇ ਕਰਕੇ ਵੀ ਤੁਹਾਨੂੰ ਸ਼ੋਅ ਕਰਦੀ ਹੈ, ਬੜੀ ਸੋਹਣੀ ਲੁੱਕ ਹੈ ਜੀ, ਸਮਾਰਟ ਜਿਹਾ ਪੀਸ ਹੈ, ਸਟਿਚਿੰਗ ਆਰਟ ਵਾਲਾ ਕੰਸੈਪਟ ਹੈ, ਸੈਂਟਰ ਕੱਟ ਦੇ ਨਾਲ ਸ਼ਰਾਰਾ ਵਿਦ ਚਨੌਨ ਦੁਪੱਟਾ। ਆਈਟਮ ਨੰਬਰ ਕਰੋ ਆ ਗਏ ਰਾਜੇ, ਰੈਡੀ ਟੂ ਵੇਅਰ ਹੈ ਜੀ, ਆਈਟਮ ਨੰਬਰ ਆਏਗੀ 6 ਅਤੇ ਰੇਟ ਆਏਗਾ 16,020 ਜੀ। ਆਹ ਲਓ, ਰੈਡੀ ਟੂ ਵੇਅਰ ਲਿਆ ਵੀ, ਪਾਕਿਸਤਾਨੀ ਸ਼ਰਾਰਾ ਦਿਖਾ ਹੁਣ ਮੈਨੂੰ। ਲਓ ਜੀ, ਫਾਲਸਾ ਕਲਰ, ਡਾਰਕ ਫਾਲਸਾ ਪਰਪਲ, ਪਿਓਰ ਸਿਲਕ ਫੈਬਰਿਕ, ਸ਼ੋਰਟ ਸ਼ਰਟ ਵਿਦ ਪਾਕਿਸਤਾਨੀ ਸ਼ਰਾਰਾ। ਆਹ ਦੇਖੋ, ਸਿਲਕ ਦੀ ਕੁਆਲਿਟੀ ਹੈ, ਸਭ ਤੋਂ ਲਾਈਟ ਵੇਟ, ਸਭ ਤੋਂ ਫਾਈਨ, ਪਰਪਲ ਕਲਰ ਦੇ ਉੱਪਰ ਸਾਰਾ ਹੈਂਡ ਵਰਕ ਮਿਲੇਗਾ, ਲਾਈਟ ਗੋਲਡਨ ਟੀਕ, ਥਰੈਡ ਵੀ ਹੈ, ਪਰਲ ਵੀ ਹੈ, ਦਬਕਾ ਵੀ ਹੈ, ਨਕਸ਼ੀ ਵੀ ਹੈ, ਕਟਦਾਨਾ ਵੀ ਹੈ, ਫੁੱਲ ਬਾਜ਼ੂ 'ਤੇ ਬਾਰਡਰ ਬਣਿਆ ਵਿਦ ਬੂਟੀ ਆਏਗੀ ਆਲ ਓਵਰ, ਨੈਕ ਦਾ ਪੋਰਸ਼ਨ ਬਹੁਤ ਸੋਹਣਾ, ਹਲਕਾ ਜਿਹਾ ਡੀਪ ਹੈ ਫਰੰਟ, ਅਗਰ ਪਾ ਲੈਣੇ ਤਾਂ ਪਰ ਕਵਰ ਵੀ ਕਰ ਸਕਦੇ ਹਾਂ, ਪੂਰਾ ਪੈਨਲ ਬਣਿਆ ਜੀ ਸੋਲਿਡ ਨੈਕ ਦੇ ਨਾਲ, ਵਿਦ ਹੈਂਡ ਵਰਕ, ਸੈਂਟਰ ਪੈਨਲ, ਲੌਂਗ ਨੈਕ ਵਿਦ ਬਾਰਡਰ ਅਤੇ ਆਲ ਓਵਰ ਬੂਟੀ ਆਏਗੀ ਜੀ, ਫੁੱਲ ਸਿਲਕ ਦੇ ਉੱਪਰ, ਟੋਟਲ ਹੈਂਡ ਦੇ ਵਿੱਚ ਹੈ, ਪਾਕਿਸਤਾਨੀ ਕੰਸੈਪਟ ਹੈ ਜੀ, ਸ਼ੋਰਟ ਸ਼ਰਟ ਦੇ ਨਾਲ ਫੁੱਲ ਫਲੇਅਰ ਵਾਲਾ ਇਸ਼ਾਰਾ। ਆਹ ਦੇਖੋ, ਸਿਲਕ ਦਾ ਇਸ਼ਾਰਾ ਆਏਗਾ, ਉੱਪਰੋਂ ਕਲੀਆਂ ਸਟਾਰਟ ਹੋ ਜਾਣਗੀਆਂ, ਸਾਰੀ ਕਲੀਆਂ ਦੇ ਵਿੱਚ ਵਰਕ ਹੈ, ਔਰ ਜਿਹੜਾ ਫਲੇਅਰ ਹੈ ਨਾ, ਜਿੰਨਾ ਲਹਿੰਗੇ 'ਤੇ ਫਲੇਅਰ ਹੁੰਦਾ ਓਨਾ ਹੀ ਇਹਦਾ ਇਸ਼ਾਰੇ ਦਾ ਫਲੇਅਰ ਮਿਲੇਗਾ, ਕਿਉਂਕਿ ਕੰਮ ਵੀ ਓਨਾ ਹੀ ਹੈ, ਪੂਰਾ ਬਾਰਡਰ ਬਣਿਆ ਫਲੇਅਰ 'ਤੇ ਵਿਦ ਬੂਟੀ ਆਏਗੀ ਜੀ, ਔਰ ਲੁੱਕ ਇੱਦਾਂ ਲੱਗਦੀ ਹੈ ਕਿ ਲਹਿੰਗਾ ਪਾਇਆ, ਕਿਉਂਕਿ ਕੰਸੈਪਟ ਵੀ ਪਾਕਿਸਤਾਨੀ ਹੈ। ਬੈਕ ਇਸ ਤਰ੍ਹਾਂ ਹਾਈ ਨੈਕ ਦੇ ਵਿੱਚ ਆਏਗੀ, ਪਿਓਰ ਸਿਲਕ ਦੀ, ਉਹਦੇ ਉੱਪਰ ਵਰਕ ਹੈ, ਬੈਕ ਸ਼ਰਟ ਦਾ ਬਾਰਡਰ ਵੀ ਬੜਾ ਸੋਹਣਾ ਬਣਿਆ, ਔਰ ਸ਼ਰਾਰਾ ਪੂਰਾ ਹੈਵੀ ਹੈ, ਮਤਲਬ ਕਿ ਪ੍ਰੋਪਰ ਪਾਰਟੀ ਵੇਅਰ ਐਂਡ ਬ੍ਰਾਈਡਲ ਵੇਅਰ ਵਾਲਾ ਇਹ ਕੰਸੈਪਟ ਹੈ, ਸ਼ੋਰਟ ਸ਼ਰਟ ਦੇ ਨਾਲ ਪਾਕਿਸਤਾਨੀ ਸ਼ਰਾਰਾ। ਠੀਕ ਹੈ ਜੀ, ਫੈਬਰਿਕ ਪਿਓਰ ਸਿਲਕ ਹੈ, ਕਲਰ ਆਏਗਾ ਫਾਲਸਾ ਪਰਪਲ, ਅਤੇ ਦੁਪੱਟਾ ਵੀ ਦਿਆਂਗੇ ਤੁਹਾਨੂੰ, ਹੈਵੀ ਦਿਆਂਗੇ, ਸੇਮ ਕਲਰ ਦਾ 4 ਸਾਈਡ ਬਰੋਡ ਬਾਰਡਰ ਦੁਪੱਟਾ ਮਿਲੇਗਾ, ਔਰ ਸੇਮ ਵਰਕ ਹੋਇਆ ਜੀ ਦੁਪੱਟੇ ਦੇ ਵਿੱਚ, ਲੁੱਕ ਬੜੀ ਨਾਈਸ ਹੈ, ਵੇਅਰ ਕਰੋਗੇ ਬਹੁਤ ਸੋਹਣਾ ਲੱਗੇਗਾ, ਪ੍ਰੋਪਰ ਬ੍ਰਾਈਡਲ ਵੇਅਰ ਐਂਡ ਪਾਰਟੀ ਵੇਅਰ ਵਾਲੇ ਕੰਸੈਪਟ, ਸ਼ੋਰਟ ਸ਼ਰਟ ਵਿਦ ਸ਼ਰਾਰਾ। ਆਈਟਮ ਨੰਬਰ ਆਏਗੀ ਜੀ ਅੱਜ ਦੀ 7 ਨੰਬਰ ਆਈਟਮ ਹੈ, 7 ਨੰਬਰ, ਅਤੇ ਰੇਟ ਮਿਲੇਗਾ ਸਿਰਫ ਤੁਹਾਨੂੰ 44,760।
ਆ ਲਓ ਜੀ ਨੈਕਸਟ ਆਰਟੀਕਲ ਬਲੈਕ ਇਨ ਟੂ ਬਲੈਕ ਸੈਲਫ ਮੈਚਿੰਗ ਦੇ ਵਿੱਚ ਪ੍ਰੋਪਰ ਪਾਰਟੀ ਵੇਅਰ ਲਹਿੰਗਾ ਜੀ ਇਹਦੀ ਖਾਸੀਅਤ ਕੀ ਹੈ ਕਿ ਸਿੰਗਲ ਮੈਚਿੰਗ ਹੈ ਸੈਲਫ ਦੇ ਵਿੱਚ ਕੋਈ ਹੋਰ ਕਲਰ ਨਹੀਂ ਯੂਜ਼ ਕੀਤੇ ਬਲੈਕ ਦੇ ਉੱਪਰ ਬਰੈਕ ਹੈ ਪਰ ਸਟਿਚਿੰਗ ਆਰਟ ਵਾਲਾ ਇਹਦਾ ਬਲਾਊਜ਼ ਬਣਿਆ ਸਲੀਵਸ ਕਹੋਗੇ ਐਡ ਹੋ ਜਾਣਗੇ ਪਿਓਰ ਸਿਲਕ ਦਾ ਇਹਦਾ ਬਲਾਊਜ਼ ਹੈ ਵਿਦ ਕਟਦਾਣਾ ਔਰ ਪਲ ਦਾ ਕੰਮ ਕੀਤਾ ਪੂਰੇ ਉੱਪਰ ਬਲਾਊਜ਼ ਤੇ ਹਲਕਾ ਜਿਹਾ ਕੱਟ ਸਟਾਈਲ ਸ਼ੋ ਕੀਤਾ ਗਰਲਿਸ਼ ਲੁੱਕ ਆਈਟਮ ਹੈਗੀ ਹੈ ਪਰ ਕੱਟ ਬੰਦ ਵੀ ਕਰ ਸਕਦੇ ਤੁਹਾਡੀ ਲਾਈਕਿੰਗ ਹੈ ਦੋਨੋਂ ਹੀ ਆਪਸ਼ਨ ਹੈਗੀਆਂ ਪਰ ਬਲਾਊਜ਼ ਬੜਾ ਸਮਾਰਟ ਹੈ ਜੀ ਬਲੈਕ ਇਨ ਟੂ ਬਲੈਕ ਕੱਟਦਾਣਾ ਪਲੱਸ ਪਲ ਦਾ ਕੰਮ ਕੀਤਾ ਤੇ ਇਹਦਾ ਲਹਿੰਗਾ ਜਿਹੜਾ ਆਏਗਾ ਨਾ ਬੈਲਟ ਆਏਗੀ ਸੀਕੁਐਂਸ ਦੀ ਤੇ ਆਲ ਓਵਰ ਸੀਕੁਐਂਸ ਦਾ ਹੀ ਲਹਿੰਗਾ ਹੈ ਜੀ ਆਹ ਦੇਖੋ ਨਾ ਇੰਪੋਰਟੈਂਟ ਫੈਬਰਿਕ ਦੇ ਉੱਪਰ ਸਾਰਾ ਸੀਕੁਐਂਸ ਦਾ ਜਾਲ ਹੈ ਸੈਲਫ ਮੈਚਿੰਗ ਦੇ ਵਿੱਚ ਹੈ ਸੀਕੁਐਂਸ ਤੇ ਫੁੱਲ ਬਲੈਕ ਸੀਕੁਐਂਸ ਹੀ ਮਿਲੇਗੀ ਫੁੱਲ ਫਲੇਅਰ ਲਹਿੰਗਾ ਆਏਗਾ ਆਹ ਦੇਖੋ ਬੈਕ ਕਿੰਨੀ ਸੋਹਣੀ ਹੈ ਚੋਲੀ ਦੀ ਬੈਕ ਬੜੀ ਸਮਾਰਟ ਬਣੀ ਹੈ ਬੈਕਲੈਸ ਵਾਲਾ ਇਹ ਕਨਸੈਪਟ ਹੈ ਪਰ ਬੈਕ ਤੇ ਪਰ ਡੋਰੀ ਲੱਗੀ ਹੈ ਔਰ ਫੈਬਰਿਕ ਵੀ ਸੇਮ ਆਉਂਦਾ ਨਾਲ ਲੱਗ ਜਾਏਗਾ ਤੁਹਾਨੂੰ ਤੁਸੀਂ ਕਹੋਗੇ ਨਾ ਬੈਕ ਕਵਰ ਕਰਨੀ ਹੈ ਕਵਰ ਕਰ ਸਕਦੇ ਹੈ ਹਲਕੀ ਜਿਹੀ ਬੈਲਟ ਹੈਗੀ ਹੈ ਪਰ ਫਲੇਅਰ ਬਹੁਤ ਹੈ ਜੀ ਡਬਲ ਕੈਨ ਕੈਨ ਆਏਗੀ ਪੂਰਾ ਫਲੇਅਰ ਆਏਗਾ ਲਹਿੰਗੇ ਦੇ ਉੱਪਰ ਵੀਡੀਓ ਦੇ ਵਿੱਚ ਸ਼ਾਇਦ ਕਲਰ ਥੋੜਾ ਚੇਂਜ ਲੱਗੇ ਪਰ ਜੈੱਟ ਬਲੈਕ ਇਨ ਟੂ ਬਲੈਕ ਮੈਚਿੰਗ ਹੈਗੀ ਹੈ ਤੇ ਨਾਲ ਦੁਪੱਟਾ ਮਿਲੇਗਾ ਨੈੱਟ ਦਾ ਪੱਲੇ ਦੇਖੋ ਕਿੰਨੇ ਸ਼ਾਨਦਾਰ ਬਣੇ ਨੇ ਫੁੱਲ ਪੱਲੇ ਹੈਵੀ ਆਣਗੇ ਫੋਰ ਸਾਈਡ ਕਟਵਰਕ ਹੈਗਾ ਵਿਦ ਬੂਟੀ ਹੈਗੀ ਜੀ ਦੁਪੱਟੇ 'ਚ ਸੈਲੀਬ੍ਰਿਟੀ ਸਟਾਈਲ ਦਾ ਇੱਕ ਕਨਸੈਪਟ ਹੈਗਾ ਜੀ ਬਲੈਕ ਇਨ ਟੂ ਬਲੈਕ ਪ੍ਰੋਪਰ ਪਾਰਟੀ ਵੇਅਰ ਜੀ ਲਹਿੰਗਾ ਚੋਲੀ ਬਾਜ਼ੂ ਹੈਗੇ ਨੇ ਜਿੰਨੇ ਕਹੋਗੇ ਲੱਗ ਜਾਣਗੇ ਜੀ ਆਈਟਮ ਨੰਬਰ 8 ਹੈ ਜੀ ਅੱਜ ਦੀ ਟੂ ਪੀਸ ਲਹਿੰਗਾ ਚੋਲੀ ਤੇ ਰੇਟ ਆਏਗਾ 28,640 ਲੋ ਜੀ ਸੱਤੇਪੋਲ ਟੂ ਪੀਸ ਲਹਿੰਗਾ ਚੋਲੀ ਡਿਜੀਟਲ ਪ੍ਰਿੰਟਿੰਗ ਵਿਦ ਹੈਂਡ ਵਰਕ ਕਿਆ ਬਾਤ ਹੈ ਮਸਟਰਡ ਗੋਲਡ ਵਿਦ ਮਲਟੀ ਕਲਰ ਵਰਕ ਬਲਾਊਜ਼ ਡਿਜ਼ਾਈਨਰ ਐਂਡ ਗਰਲਿਸ਼ ਪੈਡਿਡ ਸੱਭਿਆਸਾਚੀ ਸਟਾਈਲ ਬਲਾਊਜ਼ ਆਏਗਾ ਸਟਿਚਿੰਗ ਆਰਟ ਵਾਲਾ ਸਾਈਡ ਤੇ ਇਸ ਤਰ੍ਹਾਂ ਕੱਟ ਰੱਖਿਆ ਕਰ ਕੱਟ ਨਹੀਂ ਰੱਖਣਾ ਤਾਂ ਬੰਦ ਕਰ ਸਕਦੇ ਹਾਂ ਸਟੈਪ ਲੁੱਕ ਵਾਲਾ ਕਨਸੈਪਟ ਹੈ ਬਰੋਡ ਕਰਕੇ ਸਲੀਵਸ ਵੀ ਐਡ ਕਰ ਦਾਂਗੇ ਬਲਾਊਜ਼ ਆਏਗਾ ਸਿਲਕ ਦਾ ਵਿਦ ਮਲਟੀ ਕਲਰ ਵਰਕ ਹੈਗਾ ਜਿੱਦਾਂ ਕਿ ਮਸਟਰਡ ਦੇ ਨਾਲ ਨਾ ਮਹਿੰਦੀ ਦਾ ਕੰਬੀਨੇਸ਼ਨ ਹੈ ਯੈਲੋ ਦਾ ਕੰਬੀਨੇਸ਼ਨ ਹੈ ਪਰ ਪੂਰਾ ਮਿਰਰ ਵਰਕ ਹੈ ਥਰੈਡ ਐਂਡ ਜ਼ਰੀ ਵਰਕ ਆਏਗਾ ਪੂਰਾ ਹੈਵੀ ਬਲਾਊਜ਼ ਹੈਗਾ ਸਲੀਵਸ ਨਾਲ ਆਉਂਦੇ ਨੇ ਲਹਿੰਗਾ ਆਏਗਾ ਪ੍ਰਿੰਟਡ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਬੈਲਟ ਬੜੀ ਸ਼ਾਨਦਾਰ ਹੈ ਪਿਓਰ ਸਿਲਕ ਦੇ ਉੱਪਰ ਬਣਿਆ ਹੈ ਜੇ ਕਨਸੈਪਟ ਹੈ ਵਿਦ ਡਿਜੀਟਲ ਪ੍ਰਿੰਟਿੰਗ ਹੈਗੀ ਹੈ ਕਲਰਫੁੱਲ ਵਿਦ ਹੈਂਡ ਵਰਕ ਹੈ ਆਊਟਲਾਈਨਿੰਗ ਆਏਗੀ ਸਾਰੀ ਹੈਂਡ ਵਰਕ ਦੀ ਵਿਦ ਜ਼ਰੀ ਸੀਕੁਐਂਸ ਐਂਡ ਸਟੋਰ ਪੂਰੇ ਫਲੇਅਰ ਦੇ ਉੱਪਰ ਬਾਰਡਰ ਬਣਿਆ ਬੜਾ ਸ਼ਾਨਦਾਰ ਔਰ ਆਲ ਓਵਰ ਲੁੱਕ ਵਾਲਾ ਜਮੈਟ੍ਰੀਕਲ ਸਾਰੀ ਐਮਬਰਾਇਡਰੀ ਸਟਾਈਲ ਹੈਗਾ ਪ੍ਰਿੰਟਿੰਗ ਵੀ ਜਮੈਟ੍ਰੀਕਲ ਹੈ ਡਿਜ਼ਾਈਨਰ ਪ੍ਰਿੰਟਿੰਗ ਹੈਗੀ ਹੈ ਤੇ ਉੱਪਰ ਡਿਜ਼ਾਈਨਰ ਹੀ ਵਰਕ ਮਿਲੇਗਾ ਬੜੀ ਸ਼ਾਨਦਾਰ ਕਲਰ ਮੈਚਿੰਗ ਹੈ ਬੈਕ ਦੇਖੋ ਬੜੀ ਸ਼ਾਨਦਾਰ ਬਣੀ ਹੈ ਬਲਾਊਜ਼ ਦੀ ਬੈਕ ਫਰੰਟ ਦੋਨੋਂ ਆਏਗੀ ਫੁੱਲ ਫਲੇਅਰ ਲਹਿੰਗਾ ਜੀ ਆਹ ਦੇਖੋ ਕਨਸੈਪਟ ਦੇਖੋ ਪ੍ਰੋਪਰ ਗਰਲਿਸ਼ ਐਂਡ ਡਿਜ਼ਾਈਨਰ ਨਾਲੇ ਕਲਰ ਬੜੇ ਪਿਆਰੇ ਨੇ ਇੰਗਲਿਸ਼ ਕਲਰ ਨੇ ਫੁੱਲ ਫਲੇਅਰ ਹੈ ਡਬਲ ਕੈਨ ਕੈਨ ਯੂਜ਼ ਕੀਤੀ ਹੋਈ ਹੈ ਤਾਂ ਕਿ ਸਟੈਂਡਿੰਗ ਲੁੱਕ ਆਵੇ ਲਹਿੰਗੇ ਦੀ ਨਾਲ ਡਿਜ਼ਾਈਨਰ ਦੁਪੱਟਾ ਦੇਵਾਂਗੇ ਪ੍ਰਿੰਟਡ ਸਿਲਕ ਦਾ ਹੀ ਦੁਪੱਟਾ ਆਏਗਾ ਟਿਸ਼ੂ ਸਿਲਕ ਦਾ ਦੁਪੱਟਾ ਨਾਲ ਫੋਰ ਸਾਈਡ ਬਾਰਡਰ ਵਿਦ ਪ੍ਰਿੰਟਿੰਗ ਆਏਗੀ ਹਲਕਾ ਹਲਕਾ ਹਾਈਲਾਈਟ ਆਏਗਾ ਰਸਟ ਕੰਬੀਨੇਸ਼ਨ ਮਸਟਰਡ ਮਹਿੰਦੀ ਇਦਾਂ ਦੇ ਕੰਬੀਨੇਸ਼ਨ ਸਾਰੇ ਯੂਜ਼ ਕੀਤੇ ਨੇ ਬੜਾ ਪ੍ਰੀਟੀ ਹੈ ਬਹੁਤ ਐਲੀਗੈਂਟ ਹੈ ਜੀ ਪ੍ਰੋਪਰ ਪਾਰਟੀ ਵੇਅਰ ਵਾਲਾ ਜਦੋਂ ਮਰਜ਼ੀ ਕੱਟ ਕੇ ਪਾ ਲਓ ਇਦਾਂ ਦਾ ਲਹਿੰਗਾ ਚੋਲੀ ਹੈ ਲਾਈਟ ਵੇਟ ਕੁਆਲਿਟੀ ਹੈ ਮਸਟਰਡ ਗੋਲਡ ਕਲਰ ਦੀ ਟੂ ਪੀਸ ਲਹਿੰਗਾ ਚੋਲੀ ਆਈਟਮ ਨੰਬਰ ਆਏਗੀ 9 ਤੇ ਰੇਟ ਆਏਗਾ ਜੀ 26,850 ਓਨਲੀ ਲਓ ਜੀ ਹੁਣ ਆ ਗਏ ਜੀ ਜਾਗੋ ਸਪੈਸ਼ਲ ਲਾਚਾ ਡਰੈਸਾਂ ਮੋਵ ਕਲਰ ਦੀ ਸੁਪਰ ਪਿਓਰ ਜੋਜਡ ਫੈਬਰਿਕ ਹੈ ਕੰਮ ਸਾਰਾ ਹੈਂਡ ਵਰਕ ਹੈ ਟੋਟਲ ਜੁਅਲਰੀ ਵਰਕ ਮਿਲੇਗਾ ਸ਼ੋਰਟ ਸ਼ਰਟ ਹੈਗੀ ਹੈ ਨੀਚੇ ਆਏਗਾ ਲਹਿੰਗਾ ਇਹਦੇ ਜੋਜਡ ਫੈਬਰਿਕ ਦੇ ਉੱਪਰ ਕਲਰ ਕੰਬੀਨੇਸ਼ਨ ਜਿਹੜਾ ਹੈਗਾ ਲਾਈਟ ਲਵੈਂਡਰ ਮੋਵ ਦੇ ਨਾਲ ਪਰਪਲ ਦਾ ਕੰਬੀਨੇਸ਼ਨ ਆਏਗਾ ਜੋਰਜਟ ਦੇ ਉੱਪਰ ਮਿਲੇਗਾ ਹੈਂਡ ਵਰਕ ਫੁੱਲ ਬਾਜ਼ੂ ਨੇ ਜੀ ਵਿਦ ਪਾਈਪਿੰਗ ਲੱਗੀ ਹੈ ਕੰਟਰਾਸਟ ਡਾਰਕ ਮੋਵ ਕਲਰ ਦੀ ਸਿਲਕ ਦੀ ਤੇ ਮਿਰਰ ਵਰਕ ਕੀਤਾ ਦਬਕੇ ਦਾ ਕੰਮ ਹੈ ਮਿਰਰ ਵਿਦ ਬੂਟੀ ਆਏਗੀ ਜੀ ਸੋਲਿਡ ਨੈਕ ਬਣਿਆ ਕੰਟਰਾਸਟ ਪਾਈਪਿੰਗ ਦੇ ਨਾਲ ਔਰ ਪੂਰਾ ਸ਼ਰਟ ਤੇ ਜਾਲ ਹੈ ਜੀ ਲਾਈਨਾਂ ਦੇ ਵਿੱਚ ਮਿਰਰ
ਕੱਟਦਾ ਨਾ ਪਲੱਸ ਸੀਕੁਐਂਸ ਮਿਰਰ ਐਂਡ ਸਟੋਨ ਐਂਡ ਦਬਕੇ ਦਾ ਕੰਮ ਕੀਤਾ ਜੀ। ਫੁੱਲ ਹੈਵੀ ਸ਼ਰਟ ਬਣੀ ਹੈ, ਸੋਲਿਡ ਬਾਰਡਰ ਦੇ ਨਾਲ, ਸਾਰਾ ਜੁਵਲਰੀ ਵਰਕ ਹੈ, ਲਾਈਟ ਗੋਲਡ ਤੇ ਲਹਿੰਗਾ ਦੇਖੋ ਕਿਆ ਬਾਤ ਹੈ। ਫੁੱਲ ਫਲੇਅਰ ਦਾ ਲਹਿੰਗਾ ਹੈਗਾ ਜੀ, ਜੋਰਜਟ ਦਾ ਪੂਰਾ ਸੀਕੁਐਂਸ ਦਾ ਜਾਲ ਲਾਈਨਾਂ ਦੇ ਵਿੱਚ, ਨੀਚੇ ਬਰੋਡ ਬਾਰਡਰ ਵੀ ਹੈ, ਫਿਨਿਸ਼ਿੰਗ ਵੀ ਬਹੁਤ ਸੋਹਣੀ ਹੈਗੀ, ਸਿਲਕ ਦੀ ਡਾਰਕ ਪਰਪਲ ਐਂਡ ਲਾਈਟ ਪੂਰਾ ਫਲੇਅਰ ਹੈ, ਡਬਲ ਕੈਨਕੈਨ ਆਏਗੀ। ਚਾਹੇ ਇਹਦਾ ਸ਼ਰਾਰਾ ਵੀ ਬਣਾ ਸਕਦੇ ਹਾਂ, ਜੇ ਲਹਿੰਗਾ ਨਹੀਂ ਨਾ ਪਾਉਣਾ ਇਹਨੂੰ ਆਪਾਂ ਡਿਵਾਈਡ ਕਰਕੇ ਸ਼ਰਾਰਾ ਵੀ ਕਰ ਸਕਦੇ ਹਾਂ। ਬੈਕ ਇਸ ਤਰ੍ਹਾਂ ਡੀਪ ਆਏਗੀ, ਡੀਪ ਬੈਕ ਦੇ ਉੱਪਰ ਵੀ ਨੈਕ ਦੇ ਉੱਪਰ ਕੰਮ ਬਣਿਆ ਜੀ, ਹੈਂਡਵਰਕ ਹੋਇਆ, ਬੈਕ ਬੋਰਡਰ ਬਣਿਆ, ਡੋਰੀ ਲਟਕਣ ਤੇ ਨਾਲ ਖਾਸੀਅਤ ਹੈ ਜਿਹੜੀ ਕੰਟਰਾਸਟ ਕੋਂਬੀਨੇਸ਼ਨ ਦੀ। ਸ਼ੋਰਟ ਸ਼ਰਟ ਦੇ ਨਾਲ ਹੈਗਾ ਲਹਿੰਗਾ, ਲਾਚਾ ਡਰੈਸ ਇਹਨੂੰ ਆਪਾਂ ਕਹਿੰਦੇ ਹਾਂ, ਜਾਗੋ ਤੇ ਪਾਓ, ਮਹਿੰਦੀ ਤੇ ਪਾਓ, ਹਲਦੀ ਤੇ ਪਾਓ, ਵੇਅਰ ਆਉਣ ਵਾਲਾ ਕੰਸੈਪਟ ਹੈ ਜੀ। ਪ੍ਰੋਪਰ ਪਾਰਟੀ ਵੇਅਰ, ਚਨੌਨ ਦਾ ਦੁਪੱਟਾ ਆਏਗਾ ਕੰਟਰਾਸਟ ਡਾਰਕ ਮੋਵ ਕਲਰ ਦਾ, ਵਿਦ ਫੋਰ ਸਾਈਡ ਬਾਰਡਰ ਤੇ ਵਿਦ ਬੂਟੀ ਆਏਗੀ ਜੀ। ਇੱਦਾਂ ਕੋਂਬੀਨੇਸ਼ਨ ਆਣਾ, ਬੜੇ ਰਿਚ ਕੋਂਬੀਨੇਸ਼ਨ ਨੇ ਜੀ, ਸਟਾਈਲਿਸ਼ ਹੈ, ਡਿਜ਼ਾਈਨਰ ਹੈ, ਟ੍ਰੈਡੀਸ਼ਨਲ ਪਲੱਸ ਡਿਜ਼ਾਈਨਰ ਹੈ। ਸ਼ੋਰਟ ਸ਼ਰਟ ਦੇ ਨਾਲ ਲਹਿੰਗਾ, ਫੈਬਰਿਕ ਜੋਰਜਟ ਹੈ ਜੀ ਪਿਓਰ। ਆਈਟਮ ਨੰਬਰ ਜਿਹੜੀ ਆਏਗੀ ਅੱਜ ਦੀ 10 ਨੰਬਰ ਆਈਟਮ ਹੈ ਤੇ ਰੇਟ ਆਏਗਾ 21,480। ਲਓ ਜੀ ਨੈਕਸਟ ਆਰਟੀਕਲ ਵੀ ਲਾਚਾ ਡਰੈਸ ਦੇ ਵਿੱਚ ਹੀ ਹੈ, ਪਰ ਕਲਰ ਦੇਖੋ ਕਿਆ ਬਾਤ ਹੈ, ਬੰਟ ਔਰੇਂਜ ਜੀ ਕਲਰ, ਇੱਕ ਤੋਂ ਇੱਕ ਲਾਂਚ ਹੋਇਆ ਪਿਓਰ ਜੋਰਜਟ ਦੇ ਉੱਪਰ। ਬੜੇ ਸੋਹਣੇ ਕੰਸੈਪਟ ਨੇ ਹੈਂਡਵਰਕ ਦੇ ਤੇ ਵਰਕ ਦੇ ਬਾਜ਼ੂ ਤੇ ਵੀ ਪੂਰਾ ਹੋਇਆ ਜੀ, ਬਾਰਡਰ ਬਣਿਆ, ਵਿਦ ਬੂਟੇ ਬਣੇ ਹੋਏ ਨੇ, ਪਾਈਪਿੰਗ ਲੱਗੀ ਹੈ, ਵਿਦ ਬੂਟੀ ਆਏਗੀ, 3/4 ਸਲੀਵਸ ਨੇ। ਸ਼ਰਟ ਜਿਹੜੀ ਹੈਗੀ ਪੂਰੀ ਜਾਲ ਹੈਗੀ ਹੈ ਰਾਊਂਡ ਨੈਕ ਦੇ ਵਿੱਚ, ਔਰ ਪੈਨਲ ਬਣਿਆ ਨੈਕ ਦੇ ਨਾਲ ਵਿਦ ਬੂਟੀ ਜਾਲ ਤੇ ਸਕੈਟਡ ਜਾਲ ਆਏਗਾ ਪੂਰਾ ਸੋਲਿਡ। ਦੇਖੋ ਬੇਸ ਨਜ਼ਰ ਨਹੀਂ ਆ ਰਿਹਾ, ਇੰਨਾ ਸੋਹਣਾ ਕੰਮ ਕੀਤਾ, ਸਾਰਾ ਜੁਵਲਰੀ ਦਾ ਬਾਰਡਰ ਵੀ ਬਣਿਆ, ਨੈਕ ਵੀ ਬਣਿਆ, ਪੂਰੀ ਸ਼ਰਟ ਹੈਵੀ ਹੈ ਤੇ ਲਹਿੰਗਾ ਵੀ ਇਸ ਤਰ੍ਹਾਂ ਹੀ ਸੀਕੁਐਂਸ ਦਾ ਨਾ ਪੂਰਾ ਜਾਲ ਆਏਗਾ ਲਾਈਨਾਂ ਦੇ ਵਿੱਚ। ਬੈਲਟ ਤੋਂ ਲੈ ਕੇ ਫੁੱਲ ਫਲੇਅਰ ਹੈ, ਨੀਚੇ ਬਰੋਡ ਬਾਰਡਰ ਵੀ ਹੈ, ਸੀਕੁਐਂਸ ਦਾ ਸਾਰਾ ਮੈਟ ਫਿਨਿਸ਼ ਲੁੱਕ ਦਾ ਕੰਸੈਪਟ ਹੈ ਤੇ ਫੁੱਲ ਫਲੇਅਰ ਹੈਗਾ ਜੀ, ਡਬਲ ਕੈਨਕੈਨ ਹੈਗੀ ਹੈ। ਬੈਕ ਦਾ ਕੰਸੈਪਟ ਵੀ ਉਦਾਂ ਹੀ, ਨੈਕ ਲਾਈਨ ਜਿਹੜੀ ਬਣੀ ਹੋਈ ਨਾ ਹੈਂਡਵਰਕ ਦੀ, ਡੋਰੀ ਲਟਕਣ, ਬੂਟੀ ਆਏਗੀ ਆਲ ਓਵਰ, ਬੈਕ ਬਾਰਡਰ ਵੀ ਬੜਾ ਸ਼ਾਨਦਾਰ ਬਣਿਆ, ਕਲਰ ਪੂਰਾ ਟ੍ਰੈਂਡੀ ਹੈ ਜੀ ਇਸ ਟਾਈਮ, ਫੁੱਲ ਟ੍ਰੈਂਡ ਦੇ ਵਿੱਚ ਕਲਰ ਹੈ। ਇੰਨਾ ਸੋਹਣਾ ਕੰਮ ਹੈ, ਲੁੱਕ ਹੀ ਹੈਵੀ ਹੈ ਪਰ ਵੇਟ ਨਹੀਂ ਹੈਗਾ ਇਹਨਾਂ ਦਾ, ਜਦੋਂ ਮਰਜ਼ੀ ਕੱਢ ਕੇ ਪਾ ਲਓ, ਨਾ ਵੇਟ ਹੈ ਨਾ ਰੇਟ ਹੈ। ਸ਼ੋਰਟ ਸ਼ਰਟ ਦੇ ਨਾਲ ਆਏਗਾ ਲਹਿੰਗਾ, ਬੰਟ ਔਰੇਂਜ ਕਲਰ ਦਾ, ਫੈਬਰਿਕ ਜੋਰਜਟ ਹੈ ਤੇ ਸੇਮ ਕਲਰ ਦਾ ਹੀ ਦੁਪੱਟਾ ਦਿਆਂਗੇ ਜੀ, ਚਨੌਨ ਦਾ ਦੁਪੱਟਾ ਦਿਆਂਗੇ ਨਾਲ, ਫੋਰ ਸਾਈਡ ਬਾਰਡਰ ਵਿਦ ਬੂਟੀ ਆਏਗੀ ਜੀ, ਆਲ ਓਵਰ ਚਨੌਨ ਦਾ ਦੁਪੱਟਾ ਹੈ ਜੀ। ਆ ਲਓ ਲੁੱਕ ਦੇਖੋ ਕਿੰਨੀ ਸ਼ਾਨਦਾਰ ਹੈ, ਜਦੋਂ ਵੇਅਰ ਕਰੋਗੇ ਅਲਟੀਮੇਟ ਲੱਗੇਗਾ ਪਾਇਆ। ਲਓ ਜੀ ਬੰਟ ਔਰੇਂਜ ਕਲਰ ਦਾ ਲਾਚਾ ਡਰੈਸ, ਆਈਟਮ ਨੰਬਰ 11 ਤੇ ਰੇਟ ਆਏਗਾ ਜੀ 23,620 ਓਨਲੀ। ਨੈਕਸਟ ਆਰਟੀਕਲ ਇੰਡੋ ਵੈਸਟਰਨ ਲਾਚਾ ਡਰੈਸ, ਸ਼ੋਰਟ ਸ਼ਰਟ ਹੈ, ਕੁੜਤੀ ਸਟਾਈਲ, ਲਹਿੰਗਾ ਆਏਗਾ ਸਿਲਕ ਦਾ, ਫੁੱਲ ਫਲੇਅਰ, ਹਲਕਾ ਜਿਹਾ ਬਾਰਡਰ ਬਣਿਆ, ਰਫਲ ਲੁੱਕ ਦੇ ਵਿੱਚ ਹੈ, ਪਿਓਰ ਸਿਲਕ ਦੇ ਉੱਪਰ ਕੰਮ ਕੀਤਾ ਹੈ, ਸਾਰਾ ਲੈਦਰ, ਜ਼ਰੀ ਐਂਡ ਰੇਸ਼ਮ ਦੇ ਵਿੱਚ, ਕੱਟ ਵਰਕ ਵਾਲੇ ਬਾਜ਼ੂ ਨੇ, ਪੂਰਾ ਜਾਲ ਮਿਲੇਗਾ ਬਾਜ਼ੂ ਦੇ ਉੱਪਰ, ਕੰਟਰਾਸਟ ਜਿਹੜਾ ਹੈਗਾ ਸੀਕਰੀਨ ਦੇ ਨਾਲ ਪਿੰਕ ਤੇ ਮੋਵ ਦਾ ਕੋਂਬੀਨੇਸ਼ਨ ਆਏਗਾ, ਪੂਰਾ ਜਾਲ ਹੈ। ਇਸ ਤਰ੍ਹਾਂ ਹੀ ਵੀ ਨੈਕ ਬਣਿਆ ਇਹਦਾ ਸ਼ਰਟ ਦਾ, ਫਰੰਟ ਇਸ ਤਰ੍ਹਾਂ ਪੈਨਲ ਆਏਗਾ, ਪੂਰਾ ਜਾਲ ਹੈ ਜੀ ਸਿਲਕ ਦੇ ਉੱਪਰ, ਸੇਮ ਵਰਕ ਦਾ, ਮਲਟੀ ਹੈਡ ਵਿਦ ਥਰੈਡ ਤੇ ਐਂਡ ਲੈਦਰ ਤੇ ਹਲਕਾ ਹਲਕੇ ਬਰੀਕ ਬਰੀਕ ਸਟੋਨ ਲੱਗੇ ਨੇ ਸੀਕੁਐਂਸ ਨਾਲ। ਫੁੱਲ ਪਲੇਟ ਦਾ ਲਹਿੰਗਾ ਜੀ ਸਿਲਕ ਦਾ, ਪਲੇਨ, ਹਲਕਾ ਜਿਹਾ ਮਿਡਲ ਦੇ ਵਿੱਚ ਬਾਰਡਰ ਦੀ ਆਏਗੀ, ਠੀਕ ਹੈ, ਡਬਲ ਬਾਰਡਰ ਆਏਗਾ, ਰਫਲ ਆਏਗੀ ਨੀਚੇ, ਔਰ ਡਬਲ ਕੈਨਕੈਨ ਹੈਗੀ ਹੈ। ਸਮਾਰਟ ਕੁੜਤੀ ਸਟਾਈਲ ਹੈਗੀ ਹੈ, ਸ਼ੋਰਟ ਸ਼ਰਟ ਹੈ, ਜਿੱਦਾਂ ਕਿ ਟੰਮੀ ਕਵਰ ਲੌਂਗ ਚੋਲੀ ਕਹਿ ਸਕਦੇ ਆਪਾਂ ਇਹਨੂੰ, ਸੀਕਰੀਨ ਕਲਰ ਦੇ ਉੱਪਰ, ਬੈਕ ਵੀ ਨੈਕ ਬਣੀ ਹੈ, ਡੋਰੀ ਤੇ ਬੈਕ ਸ਼ਰਟ ਦਾ ਵੀ ਜਾਲ ਹੈ ਤੇ ਕੱਟ ਵਰਕ ਹੋਇਆ ਜੀ ਨੀਚੇ ਘੇਰੇ ਤੇ, ਬੜੀ ਔਸਮ ਲੁੱਕ ਹੈ ਜੀ। ਇੰਗਲਿਸ਼ ਕਲਰ ਆਏਗਾ ਸੀਕਰੀਨ, ਪਿਓਰ ਸਿਲਕ ਦੇ ਉੱਪਰ, ਲਾਈਟ ਵੇਟ ਡਰੈਸ, ਜਦੋਂ ਮਰਜ਼ੀ ਕੱਢ ਕੇ ਪਾਓ, ਕੋਈ ਦਿੱਕਤ ਨਹੀਂ ਹੈ, ਠੀਕ ਹੈ ਨਾ ਜੀ। ਕੁੜਤੀ ਸਟਾਈਲ ਸ਼ਰਟ ਦੇ ਨਾਲ ਆਏਗਾ ਲਹਿੰਗਾ, ਇਹ ਸਾਡੇ ਕੋਲ ਡਿਜ਼ਾਈਨ ਜਿਹੜਾ ਸ਼ਰਾਰੇ 'ਚ ਵੀ ਆਉਂਦਾ ਤੇ ਨਾਲ ਆ ਗਿਆ ਦੁਪੱਟਾ, ਫੋਰ ਸਾਈਡ ਨੈੱਟ ਦਾ ਕੱਟਵਰਕ ਦੇ ਵਿੱਚ ਹੈ, ਰੇਸ਼ਮ ਪਲੱਸ ਜ਼ਰੀ ਦਾ ਕੰਮ ਕੀਤਾ ਹੈ, ਬਾਕੀ ਪਲੇਨ ਆਏਗਾ, ਐਲੀਗੈਂਟ ਲੁੱਕ ਹੈਗੀ ਹੈ, ਸੀਕਰੀਨ ਕਲਰ ਵਿਦ ਥਰੈਡ ਐਂਡ ਰੇਸ਼ਮ ਐਂਡ ਲੈਦਰ, ਸ਼ੋਰਟ ਕੁੜਤੀ ਦੇ ਨਾਲ ਲਹਿੰਗਾ। ਆਈਟਮ ਨੰਬਰ 12
ਤੇ ਰੇਟ ਆਏਗਾ ਜੀ 17,900 ਰੈਡੀ ਟੂ ਵੇਅਰ। ਲਓ ਜੀ ਹੁਣ ਦਿਖਾਉਂਦੇ ਹਾਂ ਇੰਡੋ ਵੈਸਟਰਨ ਲੌਂਗ ਜੈਕਟ ਫੁੱਲ ਲੈਂਥ ਜੈਕਟ ਥਰੀ ਪੀਸ ਚਨੌਨ ਦੀ ਪਿਕੋਕ ਬਲੂ ਕਲਰ ਦੇ ਉੱਪਰ ਨਾ ਨੀਚੇ ਲਹਿੰਗਾ ਸਿੰਗਲ ਲੇਅਰ ਦੇ ਵਿੱਚ ਕੈਨਕਨ ਆਏਗੀ ਇਹ ਥਰੀ ਪੀਸ ਆਏਗਾ ਵਿਦਆਊਟ ਦੁਪੱਟਾ। ਬਲਾਊਜ਼ ਜਿਹੜਾ ਹੈਗਾ ਨਾ ਪਿੰਟੈਕਸ ਵਾਲਾ ਬਲਾਊਜ਼ ਆਏਗਾ ਤੇ ਇਹਦੇ ਉੱਪਰ ਕੰਮ ਸਾਰਾ ਥਰੈਡ ਦਾ ਤੇ ਸਿਕਵਨ ਦਾ ਸਿੰਗਲ ਮੈਚਿੰਗ ਵਾਈਟ ਵਰਕ ਹੋਏਗਾ ਸਟੈਪ ਵਾਲਾ ਬਲਾਊਜ਼ ਹੈ ਪਰ ਉੱਪਰ ਜੈਕਟ ਆ ਕੋਈ ਦਿੱਕਤ ਨਹੀਂ ਹੈ। ਲਹਿੰਗਾ ਜਿਹੜਾ ਆਏਗਾ ਪਿਓਰ ਚਨੌਨ ਦਾ ਪਲੇਨ ਹੈ ਸਿੰਗਲ ਕੈਨਕਨ ਆਏਗੀ ਫੁੱਲ ਮਤਲਬ ਕਿ ਚਨੌਨ ਦਾ ਲਹਿੰਗਾ ਆਏਗਾ ਪਲੇਨ ਫਲੇਅਰ ਵਾਲਾ ਲਹਿੰਗਾ ਹੈ ਤੇ ਜੈਕਟ ਜਿਹੜੀ ਹੈ ਨਾ ਉਹ ਲੌਂਗ ਹੈਗੀ ਫੁੱਲ ਲੈਂਥ ਜੈਕਟ ਆਏਗੀ ਫੁੱਲ ਬਾਜੂ ਦੇ ਨਾਲ ਕੰਮ ਸਾਰਾ ਥਰੈਡ ਦਾ ਡੋਰੀ ਦੇ ਵਿੱਚ ਠੀਕ ਹੈ ਜੀ ਹਲਕਾ ਹਾਈਲਾਈਟ ਕੀਤਾ ਸੀਕਵੈਂਸ ਦੇ ਜਰੀ ਨਾਲ ਫੁੱਲ ਬਾਜੂ ਤੇ ਬੂਟੀ ਬਾਰਡਰ ਤੇ ਜੈਕਟ ਆਲ ਓਵਰ ਵਰਕ ਹੈਗਾ ਫਰੰਟ ਐਂਡ ਬੈਕ ਪੂਰੀ ਬਣੀ ਹੈ ਬੈਕ ਦੇਖੋ ਹਾਈ ਨੈਕ ਦੇ ਵਿੱਚ ਆ ਪੂਰੀ ਬੈਕ ਦੇ ਕਲੀਆਂ ਦੇ ਵਿੱਚ ਵੀ ਵਰਕ ਹੈ ਤੇ ਫਰੰਟ ਤੋਂ ਹੀ ਵਰਕ ਹੈਗਾ ਨੀਚੇ ਬਾਰਡਰ ਬੜਾ ਸੋਹਣਾ ਬਣਿਆ ਫੁੱਲ ਲੌਂਗ ਜੈਕਟ ਹੈਗੀ ਹੈ ਇੰਡੋ ਵੈਸਟਰਨ ਸਟਾਈਲ ਹੈ ਵਿਦਆਊਟ ਦੁਪੱਟਾ ਥਰੀ ਪੀਸ ਪੀਕੋਕ ਬਲੂ ਕਲਰ ਦਾ ਜੀ ਆ ਲਓ ਲੁੱਕ ਦੇਖੋ ਕਿੰਨੀ ਸ਼ਾਨਦਾਰ ਹੈ ਪਿਓਰ ਚਨੌਨ ਦੀ ਡਰੈਸ ਹੈ ਗਰਲਿਸ਼ ਐਂਡ ਡਿਜ਼ਾਈਨਰ ਸਾਈਜ਼ ਬੜਾ ਕੰਫਰਟੇਬਲ ਹੈ 36 ਤੋਂ ਲੈ ਕੇ 42 ਤੱਕ ਆਈਟਮ ਨੰਬਰ 13 ਤੇ ਰੇਟ ਹੈ 16,020। ਲਓ ਜੀ ਨੈਕਸਟ ਆਰਟੀਕਲ ਹੁਣ ਸ਼ੁਰੂ ਕਰ ਰਹੇ ਹਾਂ ਲਹਿੰਗਾ ਚੋਲੀ ਦਾ ਨੇਵੀ ਬਲੂ ਕਲਰ ਦਾ ਲਾਈਟ ਵੇਟ ਗਰਲਿਸ਼ ਲਹਿੰਗਾ ਟੰਮੀ ਕਵਰ ਬਲਾਊਜ਼ ਆਊਗਾ ਸਟਿਚਿੰਗ ਆਰਟ ਵਾਲਾ ਸਿਲਕ ਦੇ ਉੱਪਰ ਨਾ ਬਿਲਕੁਲ ਲਾਈਟ ਵੇਟ ਐਂਕਰ ਐਮਬਰਾਇਡਰੀ ਹੈਗੀ ਥਰੈਡ ਦੀ ਤੇ ਬਲਾਊਜ਼ ਬੜਾ ਸਮਾਰਟ ਬਣਿਆ ਹੈ ਥਰੈਡ ਵਰਕ ਦੇ ਵਿੱਚ ਮਲਟੀ ਕਲਰ ਵਰਕ ਹੈ ਸਿਲਕ ਦੇ ਉੱਪਰ ਬਾਜ਼ੂ ਲੱਗੇ ਨੇ ਬਾਰਡਰ ਬਣਿਆ ਹਲਕਾ ਹਾਈਲਾਈਟ ਹੈਗਾ ਸੀਕਵਨ ਦੇ ਨਾ ਮਲਟੀ ਕਲਰ ਥਰੈਡ ਆਏਗਾ ਐਂਕਰ ਦਾ ਫੁੱਲ ਫਲਾਵਰ ਬਣੇ ਹੋਏ ਨੇ ਬਾਜ਼ੂ ਤੇ ਵੀ ਨੈਕ ਬੜਾ ਸੋਹਣਾ ਬਣਿਆ ਪੈਨਲ ਦੇ ਵਿੱਚ ਵੀ ਨੈਕ ਆਏਗਾ ਪੈਡਿਡ ਬਲਾਊਜ਼ ਹੈ ਥੋੜਾ ਜਿਹਾ ਵੀ ਕੱਟ ਦੇ ਵਿੱਚ ਮਿਲੇਗਾ ਤੁਹਾਨੂੰ ਲਹਿੰਗੇ ਦੀ ਬੈਲਟ ਬੜੀ ਸੋਹਣੀ ਬਣੀ ਹੈ ਥਰੈਡ ਵਰਕ ਦੀ ਸਿਲਕ ਦੇ ਉੱਪਰ ਹੈ ਚੋਲੀ ਵੀ ਸਿਲਕ ਦੀ ਹੈ ਲਹਿੰਗਾ ਵੀ ਸਿਲਕ ਦਾ ਕਲਰ ਨੇਵੀ ਬਲੂ ਹੈ ਮਿਡਲ ਪਲੇਨ ਹੈ ਔਰ ਪੂਰੇ ਫਲੇਅਰ ਦੇ ਵਿੱਚ ਨਾ ਇਸ ਤਰ੍ਹਾਂ ਹੀ ਸਾਰੀ ਬੇਲਾਂ ਬਣੀ ਹੈ ਜਾਲ ਬਣਿਆ ਥਰੈਡ ਦਾ ਬਾਰਡਰ ਦੇ ਨਾਲ ਸਾਰਾ ਮਲਟੀ ਕਲਰ ਥਰੈਡ ਵਰਕ ਹੈਗਾ ਹਲਕਾ ਹਲਕਾ ਸੀਕੁਐਂਸ ਵੀ ਮਿਲੇਗੀ ਹਾਈਲਾਈਟ ਮਿਲੇਗਾ ਪਰ ਲਹਿੰਗਾ ਬਹੁਤ ਸੋਹਣਾ ਫੁੱਲ ਪਲੇਟ ਦਾ ਲਹਿੰਗਾ ਲਾਈਟ ਵੇਟ ਬਿਲਕੁਲ ਸੂਟ ਦਾ ਜਿੰਨਾ ਵੇਟ ਹੈ ਉਹਨਾਂ ਲਹਿੰਗੇ ਦਾ ਹੋਣਾ ਨਾ ਵੇਟ ਹੈ ਨਾ ਰੇਟ ਹੈ ਬੈਕ ਸੋਹਣੀ ਬਣੀ ਹੈ ਮਟਕਾ ਨੈਕ ਡੀਪ ਤੇ ਬੈਕ ਤੇ ਵੀ ਵਰਕ ਹੈ ਪਰ ਲਾਈਟ ਵੇਟ ਹੈ ਬਿਲਕੁਲ ਬ੍ਰਾਈਟ ਕਲਰ ਹੈ ਡਾਰਕ ਕਲਰ ਹੈਗਾ ਪਰ ਕਲਰਫੁੱਲ ਵਰਕ ਹੈਗਾ ਮਲਟੀ ਕਲਰ ਦੇ ਵਿੱਚ ਥਰੈਡ ਵਰਕ ਦੇ ਵਿੱਚ ਨਾਲ ਦੁਪੱਟਾ ਫੋਰ ਸਾਈਡ ਬਾਰਡਰ ਆਏਗਾ ਸੇਮ ਜੋਰਜਟ ਦਾ ਦੁਪੱਟਾ ਹੈ ਜੀ ਸੋਰੀ ਔਰਗੈਂਜ਼ਾ ਦਾ ਦੁਪੱਟਾ ਚਾਰੇ ਪਾਸੇ ਬਾਰਡਰ ਬਣਿਆ ਵਿਦ ਬੂਟੀ ਆਏਗੀ ਜੀ ਸੇਮ ਥਰੈਡ ਵਰਕ ਦਾ ਜੀ ਆਹ ਲੁੱਕ ਆਣੀ ਹੈ ਇਹ ਹੈਗੇ ਕੈਟ ਲੁੱਕ ਦੇ ਡਿਜ਼ਾਇਨ ਡਿਫਰੈਂਟ ਔਰ ਡਿਜ਼ਾਈਨਰ ਆਈਟਮ ਨੰਬਰ 14 ਤੇ ਰੇਟ ਆਏਗਾ ਜੀ 17,000 ਓਨਲੀ ਟੂ ਪੀਸ ਲਹਿੰਗਾ ਚੋਲੀ ਲਿਆ ਦਿਖਾ ਇੰਡੋ ਵੈਸਟਰਨ ਦੇ ਨਾਲ ਕਰੀਏ ਲਿਆ ਬੇਟਾ ਹੁਣ ਲਓ ਜੀ ਸਾਡਾ ਸੁਪਰ ਹਿੱਟ ਡਿਜ਼ਾਈਨ ਆ ਗਿਆ ਜੀ ਥਰੈਡ ਵਰਕ ਦੀ ਡਰੈਸ ਸੈਂਟਰ ਕੱਟ ਲੌਂਗ ਜੈਕਟ ਦੇ ਨਾਲ ਲਹਿੰਗਾ ਲਹਿੰਗਾ ਵੀ ਪਲੇਨ ਨਹੀਂ ਦਿਆਂਗੇ ਵਰਕ ਵਾਲਾ ਪ੍ਰੋਪਰ ਕੋਈ ਅੱਛਾ ਫੰਕਸ਼ਨ ਹੈ ਨਾ ਘਰ ਦਾ ਰਿੰਗ ਸੈਰਾਮਨੀ ਹੈ ਰੋਕਾ ਅੰਗੇਜਮੈਂਟ ਹੈ ਸ਼ਗਨ ਹੈ ਜਿੱਥੇ ਮਰਜ਼ੀ ਪਾਓ ਜੀ ਕਿਸੇ ਅੱਛੇ ਘਰ ਦੇ ਕਲੋਜ਼ ਫੰਕਸ਼ਨ ਦੇ ਪਾਣੀ ਹੈ ਬੜੀ ਸੋਹਣੀ ਡਰੈਸ ਹੈ ਪਿਓਰ ਜੋਰਜਟ ਦੀ ਡਸਟੀ ਪੀਚ ਕਲਰ ਦੇ ਉੱਪਰ ਠੀਕ ਹੈ ਨਾ ਜੋਰਜਟ ਦੇ ਉੱਪਰ ਸਾਰਾ ਹੈਂਡ ਵਰਕ ਆਏਗਾ ਮਲਟੀ ਕਲਰ ਥਰੈਡ ਵਰਕ ਹੈ ਵਿਦ ਹੈਂਡ ਜ਼ਰੀ ਪੇਟਾ ਸੀਕੁਐਂਸ ਐਂਡ ਥਰੈਡ ਦਾ ਪੂਰਾ ਜਾਲ ਬਣਿਆ ਜੀ ਫੁੱਲ ਬਾਜ਼ੂ ਤੇ ਔਰ ਇਸ ਤਰ੍ਹਾਂ ਡਰੈਸ ਦੇ ਉੱਪਰ ਵੀ ਨੈਕ ਹੈ ਜੀ ਠੀਕ ਹੈ ਜੀ ਅਪਰ ਦਾ ਵੀ ਨੈਕ ਆ ਗਿਆ ਸੈਂਟਰ ਓਪਨ ਹੈ ਹੁੱਕ ਲੱਗੇ ਨੇ ਪਰ ਯੋਕ ਤੇ ਵੀ ਪੂਰਾ ਜਾਲ ਮਿਲੇਗਾ ਥਰੈਡ ਪਲੱਸ ਹਾਈਲਾਈਟ ਹੈ ਹੈਂਡ ਵਰਕ ਦੇ ਨਾਲ ਔਰ ਜੈਕਟ ਪੂਰੀ ਇਸ ਤਰ੍ਹਾਂ ਨਾ ਸੈਂਟਰ ਓਪਨ ਵਾਲੀ ਜੈਕਟ ਹੈ ਨੀਚੇ ਲਹਿੰਗਾ ਆਏਗਾ ਫੁੱਲ ਫਲੇਅਰ ਦਾ ਜੋਰਜਟ ਦਾ ਵਿਦ ਆਲ ਓਵਰ ਜਾਲ ਥਰੈਡ ਪਲੱਸ ਸੀਕਵੈਂਸ ਜ਼ਰੀ ਪੇਟਾ ਬਾਰਡਰ ਵੀ ਬਣਿਆ ਲਹਿੰਗੇ ਤੇ ਸਿੰਗਲ ਕੈਨ ਐਡ ਕੀਤੀ ਹੈ ਫਲੇਅਰ ਲਈ ਕਿਉਂਕਿ ਇੰਡੋ ਵੈਸਟਰਨ ਸਟਾਈਲ ਹੈ ਨਾ ਜੀ ਦੁਪੱਟਾ ਨਾਲ ਹੈਗਾ ਥਰੀ ਪੀਸ ਹੈਗਾ ਨਾਲ ਦੁਪੱਟਾ ਵੀ ਦਿਆਂਗੇ ਬੈਕ ਥੋੜੀ ਡੀਪ ਆਏਗੀ ਡੋਰੀ ਲਟਕਣ ਤੇ ਬੈਕ ਆਲ ਓਵਰ ਵਰਕ ਹੈ ਜੀ ਬੈਕ ਤੇ ਵੀ ਲੁੱਕ ਹੈਵੀ ਹੈ ਪਰ ਔਸਮ ਲੁੱਕ ਵਾਲੀ ਡਰੈਸ ਹੈਗੀ ਥਰੈਡ ਵਰਕ ਦੇ ਵਿੱਚ ਇੰਨਾ ਸੋਹਣਾ ਕੰਮ ਕੀਤਾ ਹੋਇਆ ਇੰਡੋ ਵੈਸਟਰਨ ਸਟਾਈਲ ਨਾਲ ਲਹਿੰਗਾ ਆ ਗਿਆ ਸੈਂਟਰ ਕੱਟ ਦੇ ਨਾਲ ਵਿਦ ਦੁਪੱਟਾ ਵੀ ਦਿਆਂਗੇ
ਕਲਰ ਬਹੁਤ ਸੋਹਣਾ ਇੰਗਲਿਸ਼ ਡਸਟੀ ਪੀਚ ਕਲਰ ਨਾਲ ਦੁਪੱਟਾ ਦਿਆਂਗੇ ਜਾਰਜਟ ਦਾ, ਲਾਈਟ ਵੇਟ ਦੁਪੱਟਾ ਹੋਏਗਾ ਕਿਉਂਕਿ ਫਰੰਟ ਬੈਕ ਦੋਨੋਂ ਬਣੀਆਂ, ਲਹਿੰਗੇ ਤੇ ਵੀ ਵਰਕ ਹੈ, ਦੁਪੱਟਾ ਐਲੀਗੈਂਟ ਚੱਲੇਗਾ, ਫੋਰ ਸਾਈਡ ਪਾਈਪਿੰਗ ਤੇ ਨਾਲ ਬਾਰਡਰ ਲੇਸਿਸ ਵਿਦ ਬੂਟੀ ਆਏਗੀ ਜੀ ਆਲ ਓਵਰ। ਆਹ ਲੁੱਕ ਆਣੀ ਹੈ ਇੰਡੋ ਵੈਸਟਰਨ ਸਟਾਈਲ ਦੀ, ਫੁੱਲ ਲੈਂਥ ਡਰੈਸ ਹੈ ਜੀ, ਸੈਂਟਰ ਕੱਟ ਦੇ ਨਾਲ ਲਹਿੰਗਾ ਪੀਚ ਕਲਰ ਪਿਓਰ ਜਾਰਜਟ, ਆਈਟਮ ਨੰਬਰ 15 ਤੇ ਰੇਟ ਹੈਗਾ 28,650 ਓਨਲੀ। ਲਓ ਜੀ ਨੈਕਸਟ ਆਰਟੀਕਲ ਦਿਆਂਗੇ ਤੁਹਾਨੂੰ ਅਨਾਰਕਲੀ ਫੁੱਲ ਲੈਂਥ ਪਿਓਰ ਸਿਲਕ ਦੀ, ਸਟਾਈਲਿਸ਼ ਡਿਜ਼ਾਈਨਰ ਕੈਟਲੁਕ ਵੀਵਿੰਗ ਦੇ ਵਿੱਚ, ਗਰਲਿਸ਼ ਐਂਡ ਡਿਜ਼ਾਈਨਰ ਫੁੱਲ ਲੈਂਥ ਅਨਾਰਕਲੀ ਆਏਗੀ ਆਈਵਰੀ ਗੋਲਡ ਕਲਰ ਦੀ, ਸਿਲਕ ਦੀ ਅਨਾਰਕਲੀ ਹੈ, ਬਾਜ਼ੂ ਲਗਵਾ ਦਾਂਗੇ ਨਾਲ, ਜਿੰਨੇ ਕਹੋਗੇ ਫੁੱਲ ਲਵਾਉਣੇ ਹਾਫ, ਨੈਕ ਦੇ ਉੱਪਰ ਨਾ ਹਲਕਾ ਜਿਹਾ ਕੰਮ ਕੀਤਾ ਘੱਟਦਾ ਨੇ, ਪਲੱਸ ਦਬਕਾ ਐਂਡ ਸੀਕੁਐਂਸ ਦਾ ਐਂਟੀਕ ਵਰਕ ਹੈਗਾ ਜੀ, ਆਊਟਲਾਈਨਿੰਗ ਕੀਤੀ ਹੋਈ ਹੈ ਜੀ ਨੈਕ ਦੀ ਤੇ ਬੇਲਾਂ ਬਣੀ ਹੈ ਥੋੜ੍ਹੀ ਜੀ, ਯੋਕ ਦੇ ਉੱਪਰ ਪੈਡਿਡ ਆਏਗੀ ਵਿਦ ਬੈਲਟ ਆਏਗੀ ਸਮਾਰਟ ਜੀ, ਗਰਲਿਸ਼ ਲੁੱਕ ਦੀ ਵਿਦ ਹੈਂਗਿੰਗ ਆਣਗੇ ਤੇ ਬੇਲ ਬਣੀ ਹੋਈ ਹੈ, ਬਾਕੀ ਪਲੇਨ ਹੈ ਜੀ, ਤੇ ਨੀਚੇ ਜਿਹੜਾ ਹੈਗਾ ਨਾ ਵੀਵਿੰਗ ਖੱਡੀ ਦੀ ਅਨਾਰਕਲੀ, ਆਹ ਦੇਖੋ ਨਾ ਗੋਲਡ ਐਂਟੀਕ ਵੀਵਿੰਗ ਜ਼ਰੀ ਦੀ, ਸਿਲਵਰ ਗੋਲਡ ਲਾਈਟ ਗੋਲਡ ਵੀਵਿੰਗ ਆਏਗੀ, ਫੁੱਲ ਫਲੇਅਰ ਹੈ, ਹਲਕੀ ਕੈਨ ਐਡ ਕੀਤੀ ਇਹਦੇ ਵਿੱਚ ਸਿੰਗਲ, ਪਰ ਫਰੰਟ ਬੈਕ ਦੋਨੋਂ ਹੈ, ਲਾਈਟ ਵੇਟ ਸੋਬਰ ਜੈਂਟਲੀ ਅਨਾਰਕਲੀ ਜਿਹਨੂੰ ਕਹਿੰਦੇ ਨਾ ਆਪਾਂ, ਬੈਕ ਇਸ ਤਰ੍ਹਾਂ ਕਿ ਜਿੱਪਰ ਡੋਰੀ ਲਟਕਣ ਵਿਦ ਬੈਲਟ ਔਰ ਫੁੱਲ ਫਲੇਅਰ ਤੇ ਹੈਗੀ ਵੀਵਿੰਗ, ਆਹ ਦੇਖੋ ਨਾ ਖੱਡੀ ਦੀ ਆਈਟਮ ਹੈ, ਡਿਜ਼ਾਈਨਰ ਐਂਡ ਗਰਲਿਸ਼ ਕਲਰ ਬਹੁਤ ਸੋਹਣਾ, ਆਈਵਰੀ ਗੋਲਡ ਫੁੱਲ ਲੈਂਥ ਆਏਗੀ, ਬਾਜ਼ੂ ਨਾਲ ਖੱਡੀ ਦਾ ਦੁਪੱਟਾ ਦਿਆਂਗੇ ਬਨਾਰਸੀ, ਬੜਾ ਹੀ ਰੋਇਲ ਔਰ ਯੂਨੀਕ ਹੈ ਜੀ, ਆਹ ਦੇਖੋ ਫੋਰ ਸਾਈਡ ਖੱਡੀ ਦੀ ਵੀਵਿੰਗ ਹੈ ਦੁਪੱਟੇ 'ਚ, ਬੂਟੇ ਵੀ ਬਣੇ ਨੇ ਤੇ ਟਸਲ ਵੀ ਲੱਗੇ ਨੇ, ਬੜੀ ਪਿਆਰੀ ਵੀਵਿੰਗ ਹੈਗੀ ਜੀ, ਸਮਾਰਟ ਫਿਟਿੰਗ ਦੀ ਅਨਾਰਕਲੀ ਹੈ ਫੁੱਲ ਲੈਂਥ ਵਿਦ ਖੱਡੀ ਦਾ ਦੁਪੱਟਾ ਪਿਓਰ ਸਿਲਕ ਬਨਾਰਸੀ, ਆਈਟਮ ਨੰਬਰ 16 ਤੇ ਰੇਟ ਹੈ ਜੀ 11,990 ਓਨਲੀ। ਲਓ ਜੀ ਨੈਕਸਟ ਆਰਟੀਕਲ ਦੇ ਰਹੇ ਹਾਂ ਤੁਹਾਨੂੰ ਬ੍ਰਾਈਡਲ ਵਾਲੀ ਅਨਾਰਕਲੀ ਫੁੱਲ ਲੈਂਥ ਡਰੈਸ, ਹੌਟ ਪਿੰਕ ਮਜੈਂਟਾ ਕਲਰ, ਚਾਹੇ ਪਾਰਟੀ ਵੇਅਰ 'ਚ ਪਾ ਲਓ, ਆਪਣਾ ਘਰ ਦਾ ਫੰਕਸ਼ਨ ਹੈ, ਰਿੰਗ ਸੈਰਾਮਨੀ, ਅੰਗੇਜਮੈਂਟ, ਪਿਓਰ ਚਨੋਨ ਦੀ ਫੁੱਲ ਹੈਂਡ ਵਰਕ ਵਾਲੀ ਫੁੱਲ ਬਾਜ਼ੂ ਦੇ ਨਾਲ ਫੁੱਲ ਲੈਂਥ ਡਰੈਸ ਆਈ ਹੈ, ਆਹ ਦੇਖੋ ਪਿਓਰ ਚਨੋਨ ਦੇ ਉੱਪਰ ਨਾ ਸਾਰਾ ਵਰਕ ਦੇਖੋ, ਹੌਟ ਪਿੰਕ ਮਜੈਂਟਾ ਕੱਟ ਵਰਕ, ਪੂਰਾ ਪਰਲ ਔਰ ਡਿਜ਼ਾਈਨਰ ਵਰਕ ਮਿਲੇਗਾ ਤੁਹਾਨੂੰ, ਕੱਟਦਾਨਾ ਵੀ ਹੈ, ਦਬਕਾ ਵੀ ਹੈ ਔਰ ਪਰਲ ਵੀ ਹੈ, ਫੁੱਲ ਬਾਜ਼ੂ ਜਾਲ ਨੈਕ ਸਵੀਟ ਹਾਰਟ ਬਣਿਆ ਹੋਇਆ ਇਹਦਾ, ਠੀਕ ਹੈ ਜੀ, ਕੱਟ ਵਰਕ ਦੇ ਵਿੱਚ ਪੂਰੇ ਯੋਕ ਤੇ ਜਾਲ ਬਣਿਆ ਹੋਇਆ, ਸਾਰਾ ਨੀਡ ਵਰਕ ਹੈਗਾ, ਟੋਟਲ ਹੈਂਡ ਦੇ ਵਿੱਚ ਹੈਗਾ ਤੇ ਜਗ੍ਹਾ ਨਹੀਂ, ਮਤਲਬ ਬੇਸ ਨਜ਼ਰ ਨਹੀਂ ਆ ਰਿਹਾ, ਇੰਨਾ ਸੋਹਣਾ ਕੰਮ ਹੈ, ਇੱਥੋਂ ਕਲੀਆਂ ਸਟਾਰਟ ਹੋ ਜਾਣਗੀਆਂ, ਸਾਰੀ ਕਲੀਆਂ ਦੇ ਵਿੱਚ ਲਾਈਨਾਂ ਦੇ ਵਿੱਚ ਵਰਕ ਤੇ ਬੂਟੀ ਆਏਗੀ ਆਲ ਓਵਰ, ਬਰੋਡ ਬਾਰਡਰ ਮਿਲੇਗਾ ਪੂਰੇ ਫਲੇਅਰ ਦੇ ਉੱਪਰ, ਡਬਲ ਇਹਦੀ ਪੇਸਟਿੰਗ ਹੈਗੀ ਹੈ, ਪੇਸਟਿੰਗ ਕਰਕੇ ਬਣੀ ਹੋਈ ਅਨਾਰਕਲੀ ਹੈ ਵਿਦ ਕੈਨ ਕੈਨ ਹੈ, ਠੀਕ ਹੈ ਜੀ, ਡਬਲ ਕੈਨ ਲੱਗੀ ਹੈ ਫੁੱਲ ਫਲੇਅਰ ਲਈ, ਫੁੱਲ ਲੈਂਥ ਅਨਾਰਕਲੀ ਹੈਗੀ ਹੈ ਪਿਓਰ ਚਨੋਨ ਦੀ ਵਿਦ ਹੈਂਡ ਵਰਕ, ਬੈਕ ਫਰੰਟ ਦੋਨੋਂ ਆਣਗੀਆਂ, ਬੈਕ ਥੋੜ੍ਹੀ ਡੀਪ ਹੈਗੀ ਹੈ, ਡੋਰੀ ਲਟਕਣ ਵਿਦ ਬੂਟੀ ਤੇ ਆਲ ਓਵਰ ਬਾਜ਼ੂ ਤੇ ਬੈਕ ਵੀ ਬਹੁਤ ਸੋਹਣੀ ਬਣੀ ਹੈ, ਫੁੱਲ ਪ੍ਰੋਪਰ ਹੈਵੀ ਲੁੱਕ ਵਾਲੀ ਅਨਾਰਕਲੀ ਹੈ ਜੀ, ਇਹ ਫੁੱਲ ਲੈਂਥ ਹੌਟ ਪਿੰਕ ਮਜੈਂਟਾ ਕਲਰ, ਬੜਾ ਪਿਆਰਾ ਕਲਰ ਹੈ ਜੀ, ਪਿਓਰ ਚਨੋਨ ਫੈਬਰਿਕ ਤਾਂ ਹੀ ਸੋਹਣਾ, ਨਾਲ ਦੁਪੱਟਾ ਵੀ ਬੜਾ ਸੋਹਣਾ ਦਿਆਂਗੇ ਜੀ, ਕਿਉਂਕਿ ਖਾਸ ਫੰਕਸ਼ਨ ਲਈ ਡਰੈਸਿਸ ਨੇ, ਆ ਗਿਆ ਇਹਦਾ ਦੁਪੱਟਾ, ਨੈਟ ਦਾ ਦੁਪੱਟਾ, ਚਾਰੇ ਪਾਸੇ ਹੈਂਡ ਵਰਕ ਦਾ ਕੱਟ ਵਰਕ ਬਾਰਡਰ ਬਣਿਆ ਵਿਦ ਬੂਟੀ ਆਏਗੀ ਜੀ, ਫੁੱਲ ਲੈਂਥ ਡਰੈਸ ਹੌਟ ਪਿੰਕ ਮਜੈਂਟਾ ਪਿਓਰ ਚਨੋਨ ਫੈਬਰਿਕ ਵਿਦ ਹੈਂਡ ਵਰਕ। ਲਓ ਜੀ ਆਈਟਮ ਨੰਬਰ ਕਰੋ ਅੱਗੇ ਜੀ, ਲਓ ਜੀ ਆਈਟਮ ਨੰਬਰ ਹੈਗੀ ਅੱਜ ਦੀ 17 ਨੰਬਰ ਆਈਟਮ ਹੈ ਜੀ ਤੇ ਰੇਟ ਆਏਗਾ 37,600, 50 ਪਲੱਸ ਲੁੱਕ ਹੈਗੀ ਹੈ ਜੀ, ਆ ਲਓ ਬੜੀ ਸ਼ਾਨਦਾਰ ਡਰੈਸ ਹੈ, ਲਿਆਓ ਬੇਟਾ। ਲਓ ਜੀ ਬਲੈਕ ਇੰਟੂ ਬਲੈਕ ਗਾਊਨ ਇੰਡੋ ਵੈਸਟਰਨ ਸਟਾਈਲ ਦਾ, ਲਾਈਟ ਵੇਟ ਸੋਬਰ ਜੈਂਟਰੀ ਪਲੇਨ, ਸਿਰਫ ਯੋਕ ਤੇ ਵਰਕ ਹੈ, ਬਾਜ਼ੂ ਤੇ ਵਰਕ ਹੈ, ਪਰ ਸਟਿਚਿੰਗ ਆਰਟ ਵਾਲਾ ਗਾਊਨ ਹੈ, ਬਲੈਕ ਇੰਟੂ ਬਲੈਕ ਜੈੱਟ ਬਲੈਕ ਦੇ ਉੱਪਰ ਕੱਟਦਾ ਨਾ, ਪਲੱਸ ਸੀਕੁਐਂਸ ਐਂਡ ਪਲ ਦਾ ਕੰਮ ਹੈ, ਫੁੱਲ ਬਾਜ਼ੂ ਨੈੱਟ ਦੇ ਉੱਪਰ ਸਾਰਾ ਵਰਕ ਮਿਲੇਗਾ,
ਹਾਈ ਨੈਕ ਵਾਲਾ ਕਨਸੈਪਟ, ਬੈਨ ਵਾਲਾ ਕਨਸੈਪਟ ਹੈ, ਪੂਰਾ ਵਰਕ ਹੈ, ਮਿਡਲ ਤੇ ਨੈਟ ਹੈਗੀ ਹੈ, ਅਗਰ ਨਹੀਂ ਚਾਹੀਦੀ ਤਾਂ ਕਵਰ ਵੀ ਕਰ ਸਕਦੇ ਲਾਈਨਿੰਗ ਨਾਲ, ਪੂਰਾ ਯੋਕ ਤੇ ਜਾਲ ਬਣਿਆ, ਠੀਕ ਹੈ ਨਾ ਜੀ। ਬਾਕੀ ਪਲੇਨ ਹੈ, ਫੁੱਲ ਫਲੇਅਰ ਹੈ, ਫੁੱਲ ਕਲੀਆਂ, ਹਲਕੀ ਕੈਨ ਐਡ ਕੀਤੀ ਹੈ, ਜਾਰਜਟ ਦੀ ਸਿੰਗਲ ਪੀਸ ਡਰੈਸ ਆਏਗੀ ਜੀ, ਫਰੰਟ ਬੈਕ ਵਾਲੀ, ਫੁੱਲ ਬਾਜੂ ਦੇ ਨਾਲ, ਬੈਕ ਵੀ ਇਸ ਤਰ੍ਹਾਂ ਹਾਈ ਨੈਕ ਦੇ ਵਿੱਚ ਹੈ, ਬਲੈਕ ਇੰਟੂ ਬਲੈਕ ਹੁੱਕ ਲੱਗੇ ਨੇ, ਜਿਪ ਲੱਗੀ ਹੈ, ਸੁਪਰ ਹੈ ਜੀ, ਪ੍ਰੋਪਰ ਗਰਲਿਸ਼, ਲਾਈਟ ਵੇਟ ਗਾਊਨ, ਬਲੈਕ ਇੰਟੂ ਬਲੈਕ, ਸੁਪਰ ਜਾਰਜਟ ਦਾ ਗਾਊਨ ਹੈ, ਬਿਲਕੁਲ ਪਿਆਰਾ ਐਲੀਗੈਂਟ ਲੁੱਕ ਦਾ ਗਾਊਨ ਹੈ ਜੀ। ਲਓ ਜੀ, ਬਲੈਕ ਇੰਟੂ ਬਲੈਕ, ਜੈੱਟ ਬਲੈਕ ਦੇ ਉੱਪਰ ਜੈੱਟ ਬਲੈਕ ਵਰਕ ਹੈ, ਸੈਲਫ ਮੈਚਿੰਗ ਦੇ ਵਿੱਚ ਆਏਗਾ। ਆਈਟਮ ਨੰਬਰ ਹੈ ਅੱਜ ਦੀ ਗਾਊਨ ਦੀ ਕਿੰਨੀ 18 ਨੰਬਰ ਆਈਟਮ ਹੈ ਜੀ, ਤੇ ਰੇਟ ਆਏਗਾ 16,030 ਓਨਲੀ। ਨੈਕਸਟ ਆਰਟੀਕਲ ਕਿਹੜਾ, ਇੱਕੋ ਹੀ ਹੈ ਨਾ। ਹੈਲੋ, ਲਓ ਜੀ, ਹੁਣ ਨੈਕਸਟ ਆਰਟੀਕਲ ਜਿਹੜਾ ਦਿਖਾ ਰਹੇ ਨਾ ਤੁਹਾਨੂੰ, ਜਾਰਜਟ ਦਾ ਗਾਊਨ ਹੈ, ਮਤਲਬ ਅਨਾਰਕਲੀ ਆਈ ਹੈ ਫੁੱਲ ਬਾਜੂ ਦੇ ਨਾਲ, ਬੜੀ ਸੋਹਣੀ ਅਨਾਰਕਲੀ ਹੈ, ਪ੍ਰੋਪਰ ਆਲ ਓਵਰ ਵਾਲੀ ਅਨਾਰਕਲੀ ਹੈਗੀ ਹੈ, ਕਲਰ ਆਏਗਾ ਡੀਪ ਬੋਟਲ ਗ੍ਰੀਨ, ਠੀਕ ਹੈ ਨਾ। ਵਰਕ ਜਿਹੜਾ ਹੈਗਾ ਸਾਰਾ ਜ਼ਰੀ ਪਿੱਟੇ ਸੀਕਵੈਂਸ ਦੇ ਵਿੱਚ ਹੈ, ਠੀਕ ਹੈ ਨਾ। ਕੈਨ ਸਿੰਗਲ ਲਗਾਈ ਹੈ, ਪਰ ਵਰਕ ਬੜਾ ਐਲੀਗੈਂਟ ਹੈਗਾ, ਲਾਈਟ ਗੋਲਡ ਮੋਲਡ ਗੋਲਡ ਵਰਕ ਆਏਗਾ, ਤੇ ਫੁੱਲ ਫਲੇਅਰ ਵਾਲੀ ਅਨਾਰਕਲੀ ਹੈ ਫੁੱਲ ਬਾਜੂ ਦੇ ਨਾਲ। ਆਹ ਦੇਖੋ, ਪਹਿਲੇ ਬਾਜੂ ਦੁਕਾਨਾਂ ਜਾਰਜਟ ਦੇ, ਬਾਰਡਰ ਵੀ ਬਣਿਆ, ਪੂਰਾ ਜਾਲ ਬਣਿਆ, ਜ਼ਰੀ ਪਿੱਟੇ ਸੀਕਵੈਂਸ ਦਾ, ਵੀ ਨੈਕ ਆਏਗਾ ਸੋਲਿਡ ਪਰਲੈਂਡ ਸੀਕਵੈਂਸ ਦੇ ਨਾਲ, ਪੂਰਾ ਯੋਕ ਤੇ ਜਾਲ ਹੈ, ਇੱਥੋਂ ਕਲੀਆਂ ਸਟਾਰਟ ਹੋ ਜਾਣਗੀਆਂ। ਫੁੱਲ ਫਲੇਅਰ ਵਾਲੀ ਅਨਾਰਕਲੀ ਹੈ ਜੀ, ਫੁੱਲ ਲੈਂਥ ਡਰੈਸ ਮਿਲੇਗੀ, ਬੋਟਲ ਗ੍ਰੀਨ ਕਲਰ ਦੀ, ਫਰੰਟ ਬੈਕ ਦੋਨੋਂ ਨੇ, ਸਾਈਜ਼ ਬੜਾ ਕੰਫਰਟੇਬਲ ਹੈ, 36 ਤੋਂ ਲੈ ਕੇ 44 ਤੱਕ ਸਾਈਜ਼ ਹੋ ਜਾਏਗਾ। ਆਏਗੀ ਇਹਦੀ ਬੈਕ, ਬੈਕ ਵੀ ਵੀ ਨੈਕ ਦੇ ਵਿੱਚ ਹੈ, ਤੇ ਬੈਕ ਤੇ ਵੀ ਆਲ ਓਵਰ ਵਰਕ ਹੈ, ਲੁੱਕ ਹੈਵੀ ਹੈ ਜ਼ਰੂਰ ਹੈਗੀ ਹੈ, ਪਰ ਵੇਟ ਨਹੀਂ ਹੈਗਾ ਬਿਲਕੁਲ ਵੀ, ਕਿਉਂਕਿ ਜਾਰਜਟ ਫੈਬਰਿਕ ਹੈ, ਸਮਾਰਟ ਫਿਟਿੰਗ ਦੀ ਅਨਾਰਕਲੀ ਹੈ, ਫੁੱਲ ਲੈਂਥ ਵਿਦ ਦੁਪੱਟਾ ਵੀ ਦਿਆਂਗੇ, ਬੜਾ ਸੋਹਣਾ ਸਜਾਇਆ ਹੋਇਆ ਦੁਪੱਟਾ ਹੈ, ਚਾਰੇ ਪਾਸੇ ਬਾਰਡਰ ਬਣਿਆ, ਤੇ ਆਲ ਓਵਰ ਬੂਟੀ ਆਏਗੀ ਜੀ, ਜਾਰਜਟ ਦਾ ਹੀ ਦੁਪੱਟਾ ਹੈ। ਆ ਲਓ, ਫੁੱਲ ਬਾਜੂ ਦੇ ਨਾਲ, ਫੁੱਲ ਲੈਂਥ ਅਨਾਰਕਲੀ ਵਿਦ ਦੁਪੱਟਾ, ਕਲਰ ਬਾਰਡਰ ਗ੍ਰੀਨ, ਤੇ ਜਾਰਜਟ ਫੈਬਰਿਕ ਆਏਗਾ ਜੀ ਪਿਓਰ। ਆਈਟਮ ਨੰਬਰ ਹੈਗੀ ਹੈ 19, ਤੇ ਰੇਟ ਆਏਗਾ 20,470, ਠੀਕ ਹੈ ਜੀ। ਲਾਸਟ ਹੈ ਡੰਮੀ ਵਾਲਾ। ਲਓ ਜੀ, ਸਾਡੀ ਲਾਸਟ ਆਈਟਮ ਡੰਮੀ ਤੇ ਡਿਜ਼ਾਈਨਰ ਲਹਿੰਗਾ, ਡੀਪ ਮਸਟਰਡ ਗੋਲਡ ਕਲਰ ਦਾ, ਬੜਾ ਸੋਹਣਾ ਕੰਮ ਕੀਤਾ, ਜਾਰਜਟ ਫੈਬਰਿਕ ਹੈ, ਵਰਕ ਦੀ ਕੁਆਲਿਟੀ ਦਿਖਾਣਾ, ਜਿਹੜਾ ਡਿਜ਼ਾਈਨਰ ਵਰਕ ਕੀਤਾ ਨਾ, ਪਰ ਮਲਟੀਕਲਰ ਐਂਟੀਕ ਵਰਕ ਹੈ, ਥਰੈਡ ਵੀ ਹੈ, ਮਿਰਰ ਵੀ ਹੈ, ਕਟਦਾਨਾ ਸੀਕਵੈਂਸ ਸਾਰਾ ਸੋਹਣਾ ਕੰਮ ਕੀਤਾ, ਮਲਟੀਕਲਰ ਥਰੈਡ ਦਾ ਵੀ ਹੈ, ਬਾਜੂ ਲੱਗੇ ਹੋਏ ਨੇ 3/4, ਤੇ ਬਾਜੂ ਦੇ ਉੱਪਰ ਬਣਿਆ ਬਾਰਡਰ ਵਿਦ ਜਾਲ, ਡਿਜ਼ਾਈਨਰ ਵਰਕ ਦਾ, ਨੈਕ ਬੜਾ ਸੋਹਣਾ ਬਣਿਆ, ਸਵੀਟ ਹਾਰਟ ਨੈਕ ਬਣਿਆ ਜੀ ਇਹਦਾ, ਠੀਕ ਹੈ ਨਾ। ਨੈਕ ਦੇ ਬੜਾ ਸੋਹਣਾ ਕੰਮ ਹੈ, ਬਲਾਊਜ਼ ਤੇ ਪੂਰਾ ਵਰਕ ਸੋਹਣਾ ਹੈ, ਨੀਚੇ ਇਸ ਤਰ੍ਹਾਂ ਹੀ ਵੀ ਕੱਟ ਆਏਗਾ, ਪਰ ਪੂਰਾ ਹੈਵੀ ਬਲਾਊਜ਼ ਹੈ, ਜਾਰਜਟ ਦਾ ਹੀ ਬਲਾਊਜ਼ ਹੈ, ਫਰੰਟ ਬੈਕ ਦੋਨੋਂ ਬਣੀ ਹੈ, ਬੈਕ ਵੀ ਮੈਂ ਦਿਖਾਉਣਾ, ਬੜੀ ਸਮਾਰਟ ਬਣੀ ਹੋਈ ਹੈ, ਆਹ ਇਸ ਤਰ੍ਹਾਂ ਬੈਕ ਬਣੀ ਹੈ ਜੀ, ਠੀਕ ਹੈ ਨਾ। ਮਗਰ ਬੈਕ ਕਵਰ ਕਰਨੀ ਹੈ ਨਾ, ਤੇ ਸਟਿਚਿੰਗ ਆਰਟ ਵਾਲੀ ਗਰਲਿਸ਼ ਲੁੱਕ ਬੈਕ ਬਣੀ ਹੈ, ਪਰ ਕਵਰ ਵੀ ਕਰ ਸਕਦੇ, ਫੈਬਰਿਕ ਨਾਲ ਆਉਂਦਾ, ਬੜੀ ਸੋਹਣੀ ਬੈਕ ਹੈ, ਨਾਲ ਜਾਰਜਟ ਦਾ ਹੀ ਦੁਪੱਟਾ ਦੇਵਾਂਗੇ, ਸੇਮ ਕਲਰ ਦਾ, ਚਾਰੇ ਪਾਸੇ ਬਾਰਡਰ ਬਣਿਆ ਦੁਪੱਟੇ 'ਚ ਵਿਦ ਬੂਟੀ ਆਏਗੀ, ਲਹਿੰਗੇ ਦੀ ਬੈਲਟ ਤੋਂ। ਇਹਦੀ ਖਾਸੀਅਤ ਕੀ ਹੈ ਕਿ ਜਾਰਜਟ ਦੇ ਉੱਪਰ ਨਾ ਸਾਰਾ ਥਰੈਡ ਵਰਕ ਹੈ, ਮੈਟ ਫਿਨਿਸ਼ ਲੁੱਕ ਦਾ ਕਨਸੈਪਟ ਹੈ, ਆਲ ਓਵਰ ਕਲੀਆਂ ਦੇ ਵਿੱਚ ਸਾਰਾ ਮਲਟੀਕਲਰ ਥਰੈਡ ਆਏਗਾ, ਹਲਕਾ ਹਲਕਾ ਸੀਕਵੈਂਸ ਦੇ ਨਾਲ ਹਾਈਲਾਈਟ ਕੀਤਾ, ਨੀਚੇ ਬਾਰਡਰ ਵੀ ਮਿਲੇਗਾ, ਦੁਪੱਟਾ ਹੈਵੀ ਹੈ, ਡੰਮੀ ਤੇ ਲੁੱਕ ਦੇਖ ਰਹੇ ਹੋ, ਪਿਓਰ ਜਾਰਜਟ ਫੈਬਰਿਕ ਹੈ, ਡੀਪ ਮਸਟਰਡ ਗੋਲਡ ਕਲਰ ਆਏਗਾ, ਕੰਮ ਸਾਰਾ ਹੈਂਡ ਵਰਕ ਵੀ ਹੈ ਔਰ ਥਰੈਡ ਵਰਕ ਵੀ ਹੈ। 2-piece ਲਹਿੰਗਾ ਚੋਲੀ ਸਾਜੀ, ਅੱਜ ਦੀ ਲਾਸਟ ਆਈਟਮ ਹੈ, ਪ੍ਰੋਪਰ ਪਾਰਟੀ ਵੇਅਰ ਵਾਲਾ ਲਹਿੰਗਾ ਚੋਲੀ, ਜਿੱਥੇ ਮਰਜ਼ੀ ਪਾਓ ਜੀ, ਇਹ ਵੇਅਰ ਹੋਣ ਵਾਲੇ ਕਨਸੈਪਟ ਨੇ, ਨਾਲੇ ਡਿਫਰੈਂਟ ਹੈ, ਯੂਨੀਕ ਹੈ। ਆਈਟਮ ਨੰਬਰ ਜਿਹੜੀ ਆਏਗੀ ਅੱਜ ਦੀ 20 ਨੰਬਰ ਆਈਟਮ ਹੈ, ਤੇ ਰੇਟ ਦੇਖ ਲਓ 32,220, ਆਈਟਮ ਨੰਬਰ 20 ਅੱਜ ਦੀ ਸਾਡੀ ਲਾਸਟ ਆਈਟਮ ਹੈ, 2-piece ਲਹਿੰਗਾ ਚੋਲੀ, ਬੜਾ ਸੋਹਣਾ ਔਸਮ ਹੈ ਬੇਟੇ। ਕਿਉਂ ਆਪਣਾ ਮਜੈਂਟਾ ਵਾਲੀ ਰੱਖ ਲਈ ਅਤੇ ਕਲਚਰ ਡਰੈਸ ਰੱਖ ਲਈ, ਠੀਕ ਹੈ, ਦੋ ਸਾਈਡ 'ਤੇ ਕਰ ਦੀ। ਲਓ ਜੀ, ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ, ਜਾਣ ਲੱਗੇ ਸਾਡੇ ਵਟਸਐਪ ਨੰਬਰ ਨੋਟ ਕਰੋ, ਜਿਹੜਾ ਵੀ ਤੁਹਾਨੂੰ ਇਹਦੇ 'ਚ ਅੱਛਾ ਲੱਗਿਆ, ਸਾਡੇ ਵਟਸਐਪ ਨੰਬਰ ਨੇ ਸਾਰੇ ਅੱਛਾ ਲੱਗਿਆ ਨਾ ਆਰਟੀਕਲ, ਉਹਦਾ ਸਕਰੀਨਸ਼ੋਟ ਲੈ ਲਿਓ ਨਾ, ਆਹ ਨੰਬਰ ਨੋਟ ਕਰ ਲਓ,
ਇਹੀ ਨੰਬਰਾਂ ਤੇ ਤੁਸੀਂ ਸਕਰੀਨਸ਼ਾਟ ਸ਼ੇਅਰ ਕਰਨਾ, ਕਾਲ ਕਰਨੀ ਹੈ ਜਾਂ ਮੈਸੇਜ ਕਰਨਾ, ਤੁਹਾਡਾ ਆਰਟੀਕਲ ਬੁੱਕ ਹੋ ਜਾਏਗਾ ਵਰਲਡ ਵਾਈਜ਼ ਆਪਣੀ ਸ਼ਿਪਿੰਗ ਹੈ। ਠੀਕ ਹੈ, ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਲਾਈਵ ਹੋਵਾਂਗੇ ਨਵੇਂ ਡਿਜ਼ਾਈਨ ਤੇ ਨਵੇਂ ਆਰਟੀਕਲ ਲੈ ਕੇ। ਤਦ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ ਜੀ।